ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਸੋਮਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਜੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਸਹਿਯੋਗੀਆਂ ਦਾ, ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਰੋਤਾ ਯੂਬਰ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ 'ਚ ਦੋ ਲੋਕੇਸ਼ਨਸ ਨੇ ਇਹਨਾਂ ਦੀਆਂ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੁਤਾ 209-277-0113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦੇ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨੌਨ ਵੈਜ, ਇੰਡੀਅਨ ਸਟਾਈਲ ਪੀਜ਼ਾ ਜਿਹੜਾ ਉਹ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨ ਦੀ ਜਾਣਕਾਰੀ ਲਈ ਇਹਨਾਂ ਦੀ ਈਮੇਲ, ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ, ਫਰੈਜ਼ਨੋ ਵਾਲੇ, ਜਿਨ੍ਹਾਂ ਤੋਂ ਤੁਸੀਂ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਲੈ ਸਕਦੇ ਹੋ। ਵਧੀਆ ਤਰੀਕੇ ਦੇ ਨਾਲ ਜਿਹੜੀ ਆ ਉਹ ਤੁਹਾਨੂੰ ਸਿਖਾਉਂਦੇ ਨੇ, ਜਾਣਕਾਰੀ ਦਿੰਦੇ ਨੇ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 559-374-4541 5093745441 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੋ ਜੀ ਸ਼ੁਰੂ ਕਰਦੇ ਹਾਂ। ਪਹਿਲੀ ਖਬਰ ਦੇ ਉੱਤੇ ਨਜ਼ਰ ਬਣਾਈਏ ਅਤੇ ਕਹਿੰਦੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸੇਵਾਵਾਂ ਦੀ ਕਹਿੰਦੇ ਹੋਮ ਡਿਲੀਵਰੀ ਸ਼ੁਰੂ ਕੀਤੀ। ਬਿਲਕੁਲ, ਵੈਸੇ ਤੇ ਹੋਮ ਜਿਹੜਾ ਉਹ ਖਾਲੀ ਖਾਲੀ ਕਰ ਲਿਆ, ਇਹਨਾਂ ਨੇ ਰੌਣਕਾਂ ਤੇ ਕੱਢ ਦਿੱਤੀਆਂ, ਹੁਣ ਹੋਮ ਡਿਲੀਵਰੀ ਸ਼ੁਰੂ ਕੀਤੀ ਆ, ਚੰਗੀ ਗੱਲ ਆ। ਵੈਸੇ ਇਹਨਾਂ ਨੇ ਜਿਹੜੀ ਇਹ ਪਹਿਲ ਕਦਮੀ ਹੁਣ ਕੀਤੀ ਆ, ਇਹਦੀ ਯੋਜਨਾ, ਇਹਦਾ ਖਾਕਾ ਤੇ ਬਹੁਤ ਲੰਮੇ ਸਮੇਂ ਤੋਂ ਲਿਖਿਆ ਹੋਇਆ ਸੀਗਾ, ਪਰ ਇੰਪਲੀਮੈਂਟ ਹੁਣ ਕੀਤੀ ਆ, ਇਹਨਾਂ ਨੇ ਲਾਗੂ ਹੁਣ ਕੀਤੀ ਆ। ਦਰਅਸਲ ਇਹਨਾਂ ਨੇ ਕੁਛ ਸੇਵਾਵਾਂ ਜਿੱਦਾਂ ਕਿ ਜਾਤੀ ਸਰਟੀਫਿਕੇਟ, ਜਨਮ ਸਰਟੀਫਿਕੇਟ, ਇਹਨਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਬਹੁਤ ਸਮਾਂ ਖਾ ਜਾਂਦੀਆਂ, ਕਈ ਵਾਰ ਪੈਸਾ ਵੀ ਖਾ ਜਾਂਦੀਆਂ, ਇੱਦਾਂ ਦੀਆਂ ਸੇਵਾਵਾਂ ਇਹਨਾਂ ਨੇ ਕਿਹਾ ਕਿ ਅਸੀਂ ਘਰ ਘਰ ਤੱਕ ਪਹੁੰਚਾਵਾਂਗੇ। ਮਤਲਬ ਕਿ ਜ਼ਰੂਰਤ ਨਹੀਂ ਤੁਹਾਨੂੰ ਜਿੱਦਾਂ ਕਿਸੇ ਨੇ ਮੈਰਿਜ ਰਜਿਸਟਰਡ ਕਰਵਾਉਣੀ ਹੈ, ਡਰਾਈਵਿੰਗ ਲਾਇਸੈਂਸ ਬਣਾਉਣਾ ਹੈ, ਕੋਈ ਪਾਣੀ ਦਾ ਕਨੈਕਸ਼ਨ ਲੈਣਾ, ਸੀਵਰੇਜ ਦਾ ਕਨੈਕਸ਼ਨ ਲੈਣਾ, ਯਾਨੀ ਕੁੱਲ ਮਿਲਾ ਕੇ 40 ਆ। ਵੈਸੇ ਮਨੀਸ਼ ਸਿਸੋਦੀਆ ਨੇ ਤੇ ਅੱਜ ਆਖਿਆ ਕਿ ਅਸੀਂ ਇਹਨਾਂ ਨੂੰ 70 ਤੱਕ ਲਿਜਾਵਾਂਗੇ। ਵੈਸੇ ਅਰਵਿੰਦ ਕੇਜਰੀਵਾਲ ਤੇ ਅੱਜ ਗੱਲਾਂ ਗਾਂਧੀ ਕਰ ਗਿਆ, ਕਹਿੰਦਾ ਕਿ ਦੁਨੀਆਂ ਦੇ ਵਿੱਚ ਬਹੁਤ ਸ਼ਾਨਦਾਰ ਸਕੀਮ ਹੈ ਜਿਹੜੀ ਅਸੀਂ ਲਾਂਚ ਕੀਤੀ ਆ। ਕਹਿੰਦਾ ਕਿ ਹੁਣ ਨਾ ਦਫ਼ਤਰ ਜਾਣਾ ਪਊਗਾ, ਨਾ ਲੰਮੀਆਂ ਲੈਣਾ ਲੱਗਣਗੀਆਂ, ਨਾ ਵਿਚੋਲੀਆਂ ਦੇ ਚੁੰਗਲ ਚ ਫਸਣਾ ਪਊਗਾ। ਸੋ ਇਹ ਕਹਿੰਦੇ ਆ ਕਿ ਬੜੀ ਲੰਮੀ ਚੌੜੀ ਲੜਾਈ ਲੜੀ ਆ ਅਸੀਂ, ਕਹਿੰਦੇ ਕਿ ਰਾਜਪਾਲ ਦੇ ਨਾਲ ਵੀ ਜੱਦੋਜਹਿਦ ਕੀਤੀ ਆ, ਕੇਂਦਰ ਵਾਲਿਆਂ ਨਾਲ, ਤੇ ਉਦਾਂ ਹੀ ਸਾਡਾ ਕਹਿੰਦੇ ਛੱਤੀ ਦਾ ਅੰਕੜਾ, ਇਹਨਾਂ ਤੋਂ ਪਾਰ ਪਾ ਕੇ ਅਸੀਂ ਇੱਥੋਂ ਤੱਕ ਪਹੁੰਚੇ ਆ। ਕਹਿੰਦੇ ਕਿ ਹੁਣ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਜਿਹੜੀ ਸੀਗੀ ਉਹ ਰਹਿ ਗਈ ਆ, ਅਸੀਂ ਉਹ ਵੀ ਜਲਦੀ ਲਾਗੂ ਕਰ ਦੇਵਾਂਗੇ। ਲਿਹਾਜ਼ਾ ਅਸੀਂ ਇਹ ਕਹਿ ਸਕਦੇ ਕਿ ਇੱਕ ਚੰਗੀ ਪਹਿਲ ਕਦਮੀ ਆ, ਪਰ ਹੁਣ ਇਹ ਸਫਲ ਹੋਊਗੀ ਅਸਫਲ ਹੋਊਗੀ ਇਹ ਦੇਖਣਾ ਲਾਜ਼ਮੀ ਆ। ਜਿੱਦਾਂ ਇਹਨਾਂ ਨੇ ਦੱਸਿਆ ਹੀ ਆ ਕਿ ਜੇ ਆਪਾਂ ਦੇਖੀਏ ਅੱਜ ਦੇ ਦੌਰ ਦੇ ਵਿੱਚ, ਜੇ ਸਾਰੀਆਂ ਚੀਜ਼ਾਂ ਘਰ ਬੈਠਿਆ ਬੰਦਾ ਬਣਾ ਲਵੇ ਤਾਂ ਉਹਦਾ ਸਮਾਂ ਵੀ ਬਚੂਗਾ, ਔਰ ਜਿਹੜਾ ਦਲਾਲ ਇੱਕ ਚੱਕਰ ਵੀ ਉਹ ਰਚਦਾ, ਦਲਾਲੀ ਚੱਕਰ ਵੀ ਜਿਹਨੂੰ ਕਹਿ ਦਿੰਦੇ ਆ, ਤਾਂ ਉਸ ਤੋਂ ਬੰਦਾ ਵੱਜ ਜਾਂਦਾ। ਤੀਜੀ ਚੀਜ਼ ਇਹ ਆ ਕਿ ਜਿਹੜੇ ਦਫ਼ਤਰ ਆ ਉਹਨਾਂ ਦੇ ਵਿੱਚ ਵੀ ਥੋੜਾ ਮਾਹੌਲ ਖੁੱਲ ਜਾਂਦਾ, ਨਹੀਂ ਤੇ ਉਹਨਾਂ ਦੇ ਵਿੱਚ ਜਿਹੜੇ ਕੰਮ ਕਰਦੇ ਅਧਿਕਾਰੀ ਕਰਮਚਾਰੀ ਉਹਨਾਂ ਤੇ ਵੀ ਬਹੁਤ ਬੋਝ ਹੁੰਦਾ। ਇਹ ਸਾਰੀਆਂ ਚੀਜ਼ਾਂ ਠੀਕ ਕੀਤੀਆਂ ਜਾ ਸਕਦੀਆਂ ਇਹੋ ਜਿਹੀਆਂ ਚੀਜ਼ਾਂ ਦੇ ਜ਼ਰੀਏ, ਪਰ ਇਹ ਕਿੱਦਾਂ ਹੋਊਗਾ ਇਹਦੀ ਤਫਸੀਲ ਜਾਣਨ ਲਈ ਥੋੜੀ ਜਿਹੀ ਮੇਰੇ ਖਿਆਲ ਦੇ ਨਾਲ ਲਾਜ਼ਮੀ ਆ, ਕਿਉਂਕਿ ਉਮੀਦ ਕਰ ਸਕਦੇ ਹਾਂ ਕਿ ਸ਼ਾਇਦ ਪੰਜਾਬ ਦੇ ਵਿੱਚ ਵੀ ਕਦੇ ਇਸ ਤਰ੍ਹਾਂ ਦਾ ਸਿਸਟਮ ਲਾਗੂ ਹੋ ਜਾਵੇ। ਤਾਂ ਇਹ ਇੱਕ ਟੋਲ ਫਰੀ ਨੰਬਰ ਜਾਰੀ ਕਰਨਗੇ ਜਿਹਦਾ ਨੰਬਰ ਹੋਊਗਾ 1076, ਤਾਂ ਉਹ 1076 ਤੇ ਜੇ ਕੋਈ ਕਰਦਾ ਤਾਂ ਉਹਦੇ ਵਿੱਚ ਕੀ ਹੋਊਗਾ ਕਿ ਉਹਨੇ ਅਪੁਆਇੰਟਮੈਂਟ ਲੈਣੀ ਹੈ, ਜਿੱਦਾਂ ਆਪਾਂ ਆਨਲਾਈਨ ਪਾਸਪੋਰਟ ਅਪਲਾਈ ਕਰਦੇ ਹਾਂ, ਤਾਂ ਉਹਨਾਂ ਨੇ ਅਪੁਆਇੰਟਮੈਂਟ ਲੈ ਕੇ ਦੱਸ ਦੇਣਾ ਕਿ ਹਾਂ ਭਾਈ ਅਸੀਂ ਆਹ ਕੁਛ ਕਰਨਾ। ਤਾਂ ਜਿਹਨੂੰ ਉਹ ਅੱਗੋਂ ਕਾਲ ਕਰਨਗੇ, ਜੋ ਵੀ ਉਹਦਾ ਰਿਸੀਵਰ ਹੋਊਗਾ ਕਾਲ ਦਾ, ਤਾਂ ਉਹਦੇ ਨਾਲ ਉਹਨਾਂ ਦਾ ਸਾਰਾ ਟਾਈਮ ਹੈ ਜਿਹੜਾ ਉਹ ਸੈੱਟ ਹੋ ਜਾਊਗਾ। ਤਾਂ ਇੱਕ ਟੈਬਲੇਟ ਲੈ ਕੇ, ਇੱਕ ਮੋਬਾਈਲ ਲੈ ਕੇ ਉਹ ਜਿਹੜਾ ਇਹਨਾਂ ਦਾ ਕਰਿੰਦਾ ਹੋਊਗਾ ਸਰਕਾਰ ਦਾ, ਉਹ ਘਰੇ ਚਲ ਜਾਊਗਾ। ਘਰੇ ਜਾ ਕੇ ਉਹ ਸਾਰੇ ਉੱਥੇ ਡਾਕੂਮੈਂਟ ਜਿਹੜੇ ਆ ਫਿਲ ਕਰ ਦੂਗਾ, ਔਰ ਉਸ ਤੋਂ ਬਾਅਦ ਸਾਰੇ ਅਪਲੋਡ ਕਰ ਦੂਗਾ।
ਤਾਂ ਇਸ ਸਾਰੀ ਸੇਵਾ ਦੇ ਬਦਲੇ ਸਿਰਫ ਤੇ ਸਿਰਫ 50 ਰੁਪਈਏ ਦੇਣੇ ਆ ਬੰਦੇ ਨੇ। ਮਤਲਬ ਉਹਦਾ ਜਾਣ ਆਉਣ ਦਾ ਤੇਲ ਪਾਣੀ ਵੀ ਬਚ ਗਿਆ, ਉਹਦਾ ਦੂਸਰਾ ਟਾਈਮ ਵੀ ਬਚ ਗਿਆ, ਆਪਦੀ ਐਨਰਜੀ ਵੀ ਬਚ ਗਈ, ਬਹੁਤ ਸਾਰਾ ਸਮਾਂ ਵੀ ਬਚ ਗਿਆ, ਔਰ ਉਹਨੂੰ ਦੇਣੇ ਪੈਣੇ 50 ਰੁਪਏ। ਉਸ ਤੋਂ ਬਾਅਦ ਹੁਣ ਆ ਕੀ ਆ ਕਿ ਉਹ ਜਿਹੜਾ ਜੋ ਵੀ ਦਸਤਾਵੇਜ਼ ਬਣਾਉਣਾ ਚਾਹੁੰਦੇ ਆ, ਚਾਹੇ ਸਰਟੀਫਿਕੇਟ ਆ, ਚਾਹੇ ਕੋਈ ਲਾਇਸੈਂਸ ਆ, ਤਾਂ ਉਹ ਪੋਸਟ ਹੋ ਕੇ ਘਰੇ ਆ ਜਾਣਾ। ਮਤਲਬ ਕਿ ਦਿੱਕਤ ਹੀ ਕੋਈ ਨਹੀਂ ਹੈ। ਔਰ ਇਹ ਵੀ ਨਾਲ ਕਿਹਾ ਗਿਆ ਕਿ ਜਿਹੜਾ ਵੀ ਕੋਈ ਕਰਿੰਦਾ ਆਊਗਾ, ਸਰਕਾਰ ਵੱਲੋਂ ਜੋ ਵੀ ਕੋਈ ਸਰਵਿਸ ਦੇਊਗਾ, ਤਾਂ ਉਹ ਟੈਲੀਫੋਨ ਨੰਬਰ ਵੀ ਨਹੀਂ ਲੈ ਸਕਦਾ। ਜੋ ਵੀ ਗਾਹਕ ਹੋਊਗਾ ਜਾਂ ਉਪਭੋਗਤਾ ਜਿਹਨੂੰ ਕਹਿੰਦੇ ਜਾਂ ਜੋ ਵੀ ਆਵੇਦਕ ਹੈ, ਤਾਂ ਉਹਦੀ ਕੋਈ ਵੀ ਇਨਫੋਰਮੇਸ਼ਨ ਉਹਦੇ ਕੋਲ ਨਹੀਂ ਹੋਊਗੀ। ਇਹ ਨਹੀਂ ਹੈ ਕਿ ਉਹਦੇ ਨਾਲ ਗੱਲ ਸੱਟ ਕਰ ਲਏ ਜਾਂ ਉਹਦਾ ਕੋਈ ਡਾਟਾ ਲੀਕ ਕਰ ਦਿੱਤਾ। ਸੋ ਇਸ ਤਰ੍ਹਾਂ ਦੇ ਫਾਰਮੈਟ ਆ, ਹੁਣ ਦੇਖਣਾ ਇਹ ਹੋਊਗਾ ਸਫਲ ਹੁੰਦਾ ਜਾਂ ਅਸਫਲ ਹੁੰਦਾ। ਵੈਸੇ ਸਫਲਤਾ ਮਿਲੀ ਨੂੰ ਅਰਵਿੰਦ ਕੇਜਰੀਵਾਲ ਨੂੰ ਕਾਫੀ ਅਰਸਾ ਹੋ ਗਿਆ ਕਿਸੇ ਕੰਮ ਦੇ ਵਿੱਚ, ਜੇ ਮਿਲਦੀ ਹੈ ਇੱਕ ਮਸਾਲੀ ਸਾਬਤ ਹੋ ਸਕਦੀ ਹੈ। ਤਾਂ ਫਿਰ ਮੇਰੇ ਖਿਆਲ ਦੇ ਨਾਲ ਦੇਖੋ, ਜੇ ਇਹ ਕਾਮਯਾਬੀ ਦੇ ਨਾਲ ਲਾਗੂ ਕਰਦੇ ਆ ਤਾਂ ਦੂਸਰੀਆਂ ਸਟੇਟਾਂ 'ਚ ਵੀ ਇਹ ਸਿਸਟਮ ਚੱਲਣਾ ਚਾਹੀਦਾ। ਸਾਡੇ ਪੰਜਾਬ ਦੇ ਵਿੱਚ ਤੇ ਦਫ਼ਤਰਾਂ 'ਚ ਨਿਗਾਹ ਨਿਗਾਹ ਕੰਮ ਕਰਾਉਣ ਚਲੇ ਜਾਓ, ਵੱਡਾ ਵੱਡਾ ਨੋਟ ਤੇ ਲੱਗਦਾ ਹੀ ਆ, ਸਮਾਂ ਵੀ ਬਹੁਤ ਜ਼ਿਆਦਾ ਜਿਹੜਾ ਉਹ ਜਾਇਆ ਹੋ ਜਾਂਦਾ। ਜੀ 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 ਅਗਲੀ ਆਪਾਂ ਗੱਲ ਕਰਦੇ ਹੋਏ ਹਾਂ ਮਿੰਟੂ ਜੀ, ਵੀ ਕਹਿੰਦੇ ਦੇਸ਼ ਦੀਆਂ 20 ਵੱਡੀਆਂ ਪਾਰਟੀਆਂ ਨੇ ਖੋਲਿਆ ਮੋਦੀ ਸਰਕਾਰ ਖਿਲਾਫ ਮੋਰਚਾ। ਦੇਖੋ ਇਹ ਮੋਰਚਾ ਜਿਹੜਾ ਉਹ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਖੁੱਲਿਆ, ਤੁਹਾਨੂੰ ਪਤਾ ਹੀ ਆ ਤੇਲ ਦੀਆਂ ਕੀਮਤਾਂ 'ਚ ਅੱਗ ਲੱਗੀ ਪਈ ਆ। ਅੱਜ ਮੈਂ ਵੈਸੇ ਆਪਦੇ ਪੇਜ ਤੇ ਪਾਇਆ ਹੋਇਆ ਕਾਰਟੂਨ, ਕਾਰਟੂਨ ਕੀ ਹੈ, ਇੱਕ ਸਕੂਟਰ ਤੇ ਕਿੱਕ ਮਾਰੀ ਜਾਂਦਾ ਤੇ ਨਾਲੇ ਉਂਗਲ ਕਰੀ ਜਾਂਦਾ ਪੈਟਰੋਲ ਪੰਪ ਦੇ ਕਰਿੰਦੇ ਵਾਲੇ ਨੂੰ, ਕਹਿੰਦਾ ਕਿ ਆਹ ਜਿਹੜਾ ਬੋਰਡ ਲਾਇਆ ਨਾ ਤੁਸੀਂ ਜਿਹਦੇ ਤੇ ਲਿਖਿਆ ਕਿ ਬਹੁਤ ਹੋਈ ਮਹਿੰਗਾਈ ਕੀ ਮਾਰ ਆ ਕੀ ਮਾਰ ਮੋਦੀ ਸਰਕਾਰ, ਕਹਿੰਦਾ ਜਾਂ ਤੇ ਬੋਰਡ ਲਾ ਲਓ ਨਹੀਂ ਤੇ ਮੈਂ ਕੁਛ ਕਰ ਦੇਣਾ ਜੀ ਕਸਮ ਨਾਲ। ਇਹੋ ਜਿਹਾ ਹਾਲ ਹੋਇਆ ਪਿਆ। ਤਾਂ ਤੇਲ ਦੀਆਂ ਕੀਮਤਾਂ ਜਿਹੜੀਆਂ ਇੱਕ ਇਸ਼ੂ ਬਣਿਆ, ਪਰ ਬਹੁਤ ਬਹੁਤ ਚਿਰ ਲਾ ਦਿੱਤਾ ਵਿਰੋਧੀ ਧਿਰ ਨੇ, ਬਹੁਤ ਚਿਰ ਲਾਇਆ ਜਾਗਣ ਲਈ, ਕਿਉਂਕਿ ਹੁਣ ਤੁਹਾਨੂੰ ਪਤਾ ਰੋਤਾ ਵੀ ਹੈ ਵੋਟਾਂ ਮੁੱਛਣ ਦੀ, ਹੁਣ ਇਹ ਵੀ ਮੈਦਾਨ ਚ ਆ ਗਏ, 20-21 ਦਾ ਏਕਾ ਵੀ ਹੋ ਗਿਆ, ਸਾਰਾ ਕੁਛ ਹੋ ਗਿਆ, ਪਰ ਉਦੋਂ ਤੱਕ ਮਾਰ ਪੈ ਚੁੱਕੀ ਹੈ। ਦੇਖੋ ਨਾ ਉਹ ਵੀ ਸਮਾਂ ਸੀਗਾ ਜਦੋਂ ਅਸੀਂ ਦੇਖਿਆ ਕਿ ਜਿਹੜਾ ਕਰੂਡ ਓਇਲ, ਜਿਵੇਂ ਆਪਾਂ ਕਹਿ ਦਿੰਦੇ ਕਰੂਡ ਓਇਲ, 40-45 ਤੇ ਜਾਂਦਾ ਫਿਰਦਾ ਸੀ ਬੈਰਲ ਤੇ, $40-45 ਤੇ ਹੋ ਗਿਆ। ਤਾਂ ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜਾ ਲਾਭ ਗਾਹਕ ਨੂੰ ਪਹੁੰਚਣਾ ਸੀਗਾ ਉਹ ਆਪ ਸ਼ਖਸ਼ ਕਰ ਗਏ ਭਾਵ ਇਹਨਾਂ ਨੇ ਦਿੱਤਾ ਨੀਗਾ, ਉਹ ਸਾਰਾ ਕੁਛ ਵਧਾ ਕੇ ਉਹ ਤੋਂ ਵੱਧ ਕਰ ਗਏ। ਤਾਂ ਉਹ ਵੀ ਇੱਕ ਸਮਾਂ ਸੀਗਾ ਜਦੋਂ ਇਹਨਾਂ ਨੂੰ ਮੈਦਾਨ ਚ ਉਤਰਨਾ ਚਾਹੀਦਾ ਸੀਗਾ, ਪਰ ਨਹੀਂ ਉਤਰੇ। ਉਸ ਸਮੇਂ ਦਬਾਅ ਬਣਾਉਣਾ ਚਾਹੀਦਾ ਸੀ ਮੋਦੀ ਸਰਕਾਰ ਤੇ ਕਿ ਭਾਈ ਗਾਹਕਾਂ ਨੂੰ ਲਾਭ ਹੈ ਜਿਹੜਾ ਉਹ ਦਿਓ, ਨਹੀਂ ਦਿੱਤਾ। ਤਾਂ ਸਮਾਂ ਵਿਆਇਆ ਇਹਨਾਂ ਨੇ, ਹੁਣ ਇਹ ਲੱਗੇ ਹੋਏ ਆ। ਅੱਜ ਜ਼ੋਰਦਾਰ ਢੰਗ ਦੇ ਨਾਲ ਭਾਰਤ ਬੰਦ ਇਹਨਾਂ ਨੇ ਕੀਤਾ। ਵੈਸੇ ਭਾਰਤ ਵੀ ਹੈ ਜਿਹੜਾ ਉਹ ਰੋਂਦਾ ਕਰਲਾਉਂਦਾ ਹੋਣਾ, ਕਦੇ ਕੋਈ ਬੰਦ ਕਰ ਦਿੰਦਾ, ਕਦੇ ਕੋਈ ਬੰਦ ਕਰ ਦਿੰਦਾ, ਕਦੇ ਕੋਈ ਬੰਦ, ਬਸ ਟਿਕਟਾਂ ਵਾਲਾ ਕੋਕਾ ਹੀ ਸਮਝਿਆ ਜਿਹੜਾ ਮਰਜ਼ੀ ਸ਼ਟਰ ਬੰਦ ਕਰ ਜਾਂਦਾ ਆ ਕੇ। ਖੈਰ ਇਹਦੇ ਵਿੱਚ ਹੁਣ ਕਈ ਸਟੇਟਾਂ 'ਚ ਤੇ ਦੇਖੋ ਕਾਫੀ ਅਸਰ ਸੀਗਾ, ਇਹਨਾਂ ਨੇ ਕਈ ਥਾਵਾਂ ਤੇ ਗੁੰਡਾਈ ਵੀ ਕੀਤੀ ਆ, ਗੁੰਡਾਗਰਦੀ ਵੀ ਕੀਤੀ ਆ, ਜ਼ਬਰਦਸਤੀ ਵੀ ਕੀਤੀ ਆ, ਭੰਨ ਤੋੜ ਵੀ ਹੋਈ ਆ। ਬਿਹਾਰ ਦੇ ਵਿੱਚ 1-2 ਸਾਲ ਦੀ ਬੱਚੀ ਮਰ ਗਈ ਆ। ਵੈਸੇ ਇਹ GST ਦੀ ਮੰਗ ਕਰਦੇ ਕਿ GST ਦੇ ਦਾਇਰੇ 'ਚ ਲੈ ਕੇ ਉਹ, ਕਾਂਗਰਸੀ ਕਹਿੰਦੇ ਆ ਕਿ ਅਸੀਂ ਜਿਹੜਾ ਇਹ ਅੰਦੋਲਨ ਕੀਤਾ ਸਫਲ ਹੋਇਆ, ਪਰ ਪੰਜਾਬ ਦੇ ਵਿੱਚ ਇਹਦਾ ਕੋਈ ਬਹੁਤ ਅਸਰ ਨਹੀਂ ਸੀਗਾ ਕੁਛ ਇਲਾਕਿਆਂ ਨੂੰ ਛੱਡ ਕੇ। ਹਾਂ ਕੁਛ ਸਟੇਟਾਂ ਦੇ ਵਿੱਚ ਜ਼ਬਰਦਸਤ ਰਿਸਪੋਂਸ ਮਿਲਿਆ, ਜਿੱਦਾਂ ਤ੍ਰਿਪੁਰਾ ਦੇ ਵਿੱਚ ਵੀ ਠੀਕ ਆ, ਉੜੀਸਾ ਦੇ ਵਿੱਚ ਵੀ ਠੀਕ ਆ, ਬੰਗਾਲ ਦੇ ਵਿੱਚ ਵੀ ਠੀਕ ਰਿਹਾ, ਵਿਸ਼ਾਖਾਪਟਨਮ ਦੇ ਵਿੱਚ ਵੀ ਠੀਕ ਸੀਗਾ, ਤੇਲੰਗਾਨਾ ਦੇ ਵਿੱਚ ਵੀ ਪ੍ਰਦਰਸ਼ਨ ਵਧੀਆ ਸੀਗਾ। ਯਾਨੀ ਇਸ ਤਰ੍ਹਾਂ ਕਈ ਸਟੇਟਾਂ ਦੇ ਵਿੱਚ ਠੀਕ ਸੀਗੇ ਪ੍ਰਦਰਸ਼ਨ ਇਹਨਾਂ ਦੇ, ਗੁਜਰਾਤ ਦੇ ਵਿੱਚ ਵੀ ਰਲਿਆ ਮਿਲਿਆ ਅਸਰ ਸੀਗਾ, ਪਰ ਪੰਜਾਬ ਦੇ ਵਿੱਚ ਇੰਨਾ ਬਹੁਤਾ ਅਸਰ ਨਹੀਂ ਸੀਗਾ। ਸੋ ਹੁਣ ਦੇਖਣਾ ਇਹ ਹੋਊਗਾ ਕਿ ਮੋਦੀ ਸਰਕਾਰ ਕੀ ਕਰਦੀ ਹੈ, ਕਿਉਂਕਿ ਇਹਨਾਂ ਨੇ ਤੇ ਸਾਫ਼ ਤੌਰ ਤੇ ਹੱਥ ਹੀ ਖੜੇ ਕਰ ਦਿੱਤੇ, ਕਹਿੰਦੇ ਆ ਜੀ ਕਿ ਸਾਡੇ ਕੋਈ ਹੱਥ ਵਾਸੀ ਹੈ ਨੀਗਾ, ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਵੱਧਦੀਆਂ ਪਈਆਂ, ਔਰ ਜਿਹੜੀਆਂ ਇੱਥੋਂ ਦੀਆਂ ਤੇਲ ਦੀਆਂ ਕੀਮਤਾਂ ਉਹ ਬਾਜ਼ਾਰ ਦੇ ਹਵਾਲੇ ਆ, ਕਹਿਣ ਦਾ ਭਾਵ ਹੈ ਜੇ ਘਟਣਗੀਆਂ ਕੀਮਤਾਂ ਤਾਂ ਫਿਰ ਇੱਥੇ ਘੱਟ ਜਾਣਗੀਆਂ, ਜੇ ਉੱਥੇ ਵਧਣਗੀਆਂ ਤੇ ਵਧਣਗੀਆਂ, ਕਹਿਣ ਦਾ ਮਤਲਬ ਆ ਉਹਨਾਂ ਨੇ ਸਾਫ਼ ਤੌਰ ਤੇ ਜਵਾਬ ਦੇ ਦਿੱਤਾ ਕਿ ਅਸੀਂ ਕੁਛ ਨੀ ਕਰਾਂਗੇ। ਔਰ ਇਹ ਉਹੀ ਲੋਕ ਆ ਜਿਹੜੇ ਲੋਕ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਇੱਕ ਸਮਾਂ ਇਸ ਤਰ੍ਹਾਂ ਦਾ ਆਇਆ ਸੀਗਾ ਕਿ ਕੱਚੇ ਤੇਲ ਦੀਆਂ ਕੀਮਤਾਂ ਬਿਲਕੁਲ ਫਰਸ਼ ਤੇ ਆ ਪਈਆਂ ਸੀਗੀਆਂ, ਤਾਂ ਇਹਨਾਂ ਨੇ ਉਸ ਸਮੇਂ ਇਹ ਨੀ ਆਖਿਆ, ਉੱਠ ਕੇ ਇਹ ਨੀ ਕਿਹਾ ਕਿ ਭਾਈ ਤੇਲ ਦੀਆਂ ਕੀਮਤਾਂ ਜਿਹੜੀਆਂ ਬਾਜ਼ਾਰ ਦੇ ਹਵਾਲੇ ਆ। ਤਾਂ ਬਾਜ਼ਾਰ ਦਾ ਜਿਹੜਾ ਫਾਇਦਾ ਹੈ ਉਹ ਗਾਹਕ ਨੂੰ ਪਹੁੰਚਣਾ ਚਾਹੀਦਾ। ਉਦੋਂ ਇਹਨਾਂ ਨੇ ਕੀ ਕੀਤਾ ਕਿ ਐਕਸਾਈਜ਼ ਡਿਊਟੀ ਸੀਗੀ ਜਿਹੜੀ ਉਹ ਧੜਾ ਧੜ ਵਧਾ ਦਿੱਤੀ। ਪਰ ਇਹੀ ਕਾਰਨ ਹੈ, ਹੁਣ ਦੇਖੋ ਮਨਮੋਹਨ ਸਿੰਘ ਸਰਕਾਰ ਨੂੰ ਅਸੀਂ ਨਿੰਦ ਸਕਦੇ ਹਾਂ ਕਈ ਮਾਮਲਿਆਂ 'ਚ ਕਿ ਉਹਨਾਂ ਨੇ
ਉਸ ਦੌਰ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਨਹੀਂ ਮਚਾ ਰੱਖੀ ਸੀ ਘਰਦਿਆਂ ਦੇ ਮਾਮਲੇ। ਪਰ ਜੇ ਕੱਚੇ ਤੇਲ ਦੀਆਂ ਔਰ ਇੱਥੋਂ ਦੇ ਤੇਲ ਦੀਆਂ ਕੀਮਤਾਂ ਦੀ ਗੱਲ ਕਰੀਏ ਆਪਾਂ ਤੇ ਦੇਖੋ ਜਦੋਂ ਉਹਨਾਂ ਦਾ ਅਖੀਰਲਾ ਸਾਲ ਸੀਗਾ ਲਗਭਗ 2014 ਦੀ ਆਪਾਂ ਜੇ ਗੱਲ ਕਰੀਏ ਤਾਂ ਉਸ ਸਮੇਂ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਆਲਮੋਸਟ ਤਕਰੀਬਨ 2013-14 ਦੇ ਵਿੱਚ $100 ਤੋਂ ਵੀ ਟੱਪੀਆਂ ਹੋਈਆਂ ਸੀ। ਪਰ ਉਹਨਾਂ ਨੇ ਫਿਰ ਵੀ ਤੇਲ ਦੀਆਂ ਕੀਮਤਾਂ ਜਿਹੜੀਆਂ ਸਥਿਰ ਰੱਖੀਆਂ ਜਿਆਦੀਆਂ ਅੱਗੇ ਨਹੀਂ ਜਾਣ ਦਿੱਤੀਆਂ। ਕਹਿਣ ਦਾ ਭਾਵ ਮੇਰੇ ਖਿਆਲ ਦੇ ਨਾਲ 80-82 ਤੱਕ ਹੀ ਪਹੁੰਚਿਆ ਸੀਗਾ ਜਦਕਿ ਕਰੂਡ ਆਇਲ ਸੀਗਾ ਜਿਹੜਾ ਉਹ $105 ਤੋਂ ਵੀ ਪਰਤਿਆ ਤੇ $111 ਤੋਂ ਵੀ ਪਰਤਿਆ ਉਹਨਾਂ ਦੇ ਰਾਜ ਦੇ ਵਿੱਚ ਜੀ। ਤਾਂ ਉਸ ਦੌਰ ਦੇ ਵਿੱਚ ਉਹਨਾਂ ਨੇ ਫਿਰ ਵੀ ਇੰਨੀ ਅੱਗ ਨਹੀਂ ਲੱਗਣ ਦਿੱਤੀ। ਅੱਜ ਦੀ ਤਰੀਕ ਦੇ ਵਿੱਚ ਜੇ ਦੇਖੀਏ ਜੇ ਅੱਜ ਦੀ ਘੜੀ ਦੇ ਵਿੱਚ ਦੇਖੀਏ ਆਪਾਂ ਤਾਂ ਮੇਰੇ ਖਿਆਲ ਦੇ ਨਾਲ ਕੱਚੇ ਤੇਲ ਦੀ ਕੀਮਤ ਜਿਹੜੀ ਹੋਏਗੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਉਹ $75-80 ਤੋਂ ਉੱਤੇ ਨਹੀਂ ਹੋਣੀ। ਤਾਂ ਇਹ ਬਾਵਜੂਦ ਇਸ ਦੇ ਕਿ ਅੱਜ ਨਾਂਦੇੜ ਦੇ ਵਿੱਚ 90 ਰੁਪਈਏ ਪੈਟਰੋਲ ਹੋ ਗਿਆ, 86 ਰੁਪਈਏ ਸਾਡੇ ਪੰਜਾਬ ਚ ਪਹੁੰਚਿਆ ਪਿਆ। ਲੋਕ ਮਖੌਲ ਕਰਦੇ ਆ ਕਹਿੰਦੇ ਕਿ ਬਸ ਥੋੜੇ ਜੇ ਰਨ ਰਹਿ ਗਏ ਆ ਉਧਰੋਂ 8 ਕੁ ਓਵਰ ਪਏ ਕਹਿਣ ਦਾ ਭਾਵ 8 ਕੁ ਮਹੀਨੇ ਆ ਦੇਖਦੇ ਆ ਕਿ ਮੋਦੀ ਸਾਹਿਬ ਸੈਂਚਰੀ ਬਣਾਉਂਦੇ ਆ ਕਿ ਨਹੀਂ ਬਣਾਉਂਦੇ। ਔਰ ਜਾਕਰ ਤੇ ਕੱਲ ਕਹਿਣ ਡਿਆ ਸੀਗਾ ਕਿ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਸੈਂਚਰੀ ਪੂਰੀ ਕਰੇ ਰੱਬ ਦਾ ਵਾਸਤਾ ਇਹਨੂੰ ਆਊਟ ਕਰੋ, ਕਿਸੇ ਤਰੀਕੇ ਨਾਲ ਇਹਨੂੰ ਆਊਟ ਕਰੋ, ਚਾਹੇ ਰਨ ਆਊਟ ਹੀ ਕਰ ਦਿਓ ਜਿੱਦਾਂ ਮਰਜ਼ੀ ਕਰ ਦਿਓ ਪਰ ਇਹਨੂੰ ਆਊਟ ਕਰ ਦਿਓ। ਪਰ ਉਹ ਤਾਂ ਹੁਣ ਛੇਤੀ ਹੋਊਗਾ ਨਹੀਂ ਹੈ ਜੋ ਕਹਿੰਦੇ 5 ਸਾਲ ਪੂਰੇ ਕਰਨੇ ਆ। ਖੈਰ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹ ਵਧੀਆਂ ਦੇ ਚ ਕੋਈ ਸ਼ੱਕ ਨਹੀਂ ਹੈ, ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪਹਿਲਾਂ ਮੁਨਾਫਾਖੋਰੀ ਕੀਤੀ ਆ ਤਾਂ ਇਹ ਸਮਾਂ ਸੀਗਾ ਜਦੋਂ ਇਹ ਰਹਿਤ ਦਿੰਦੇ। ਤਾਂ ਕਾਂਗਰਸੀਆਂ ਨੂੰ ਅਸੀਂ ਇੱਕੋ ਇੱਕ ਸਵਾਲ ਤੇ ਕਰ ਸਕਦੇ ਹਾਂ ਘੱਟੋ ਘੱਟ, ਆ ਪਰਸੋਂ ਚੌਥ ਇਹ ਖੋਤਾ ਜਿਹਾ ਖਿੱਚੀ ਫਿਰਦੇ ਸੀ ਇੱਥੇ ਕਾਂਗਰਸੀ ਪੰਜਾਬ ਦੇ ਵਿੱਚ ਤੇ ਮੈਂ ਲਿਖਿਆ ਸੀਗਾ, ਮੈਂ ਕਿਹਾ ਖੋਤਾ ਜਿਹਾ ਜਿਹੜਾ ਉਹ ਮੋਤੀ ਮਹਿਲ ਦੇ ਵਿੱਚ ਵਾੜੋ ਖਾ ਜਾਂ ਕਿ ਘੱਟੋ ਘੱਟ ਕੈਪਟਨ ਨੂੰ ਕਹੋ ਕਿ ਇੰਨੀ ਮਹਿੰਗਾਈ ਦੇ ਵਿੱਚ ਤੂੰ ਹੀ ਕੋਈ ਰੁਪਈਆ 2 ਰੁਪਈਏ ਵੈਟ ਟੈਕਸ ਘਟਾ ਦੇ। ਆਪਦਾ ਵੈਟ ਤੇ ਘਟਾ ਸਕਦੇ ਆ ਨਾ ਆਪਣੀਆਂ ਸਟੇਟਾਂ ਦੇ ਵਿੱਚ, ਜਿਹਨਾਂ ਕੋਲੇ ਹੈਗੀਆਂ ਦੁੱਖਾਂ ਤਿੱਕਾਂ ਸਟੇਟਾਂ ਤਾਂ ਉਹਨਾਂ ਸਟੇਟਾਂ ਦੇ ਵਿੱਚ ਵੈਟ ਘਟਾ ਦੇਣ। ਹੁਣ ਸਾਡੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਸ਼੍ਰੇਣੀਆਂ ਚ ਆਉਂਦੇ ਹਾਂ ਅਸੀਂ ਜਿਹੜੀ ਸ਼੍ਰੇਣੀ ਸਭ ਤੋਂ ਜ਼ਿਆਦਾ ਵੈਟ ਟੈਕਸ ਲਾਉਂਦੀ ਹੈ, ਯਾਨੀ ਹਾਈਐਸਟ ਵੈਟ ਟੈਕਸ ਵਾਲੇ ਸੂਚੀ ਦੇ ਵਿੱਚੋਂ ਅਸੀਂ ਇੱਕ ਆ ਪੰਜਾਬ ਵਾਲੇ, ਤੇ ਸਾਡਾ ਜਿਹੜਾ ਤੇਲ ਤੇ ਵੈਟ ਹੈ ਬਹੁਤ ਭਾਰਾ। ਤਾਂ ਘੱਟੋ ਘੱਟ ਥੋੜਾ ਜਿਹਾ ਵਕਤੀ ਤੌਰ ਤੇ ਰਹਿਤ ਦੇ ਦੇਣ, ਜਦੋਂ ਚਲੋ ਕੱਚੇ ਤੇਲ ਦੀਆਂ ਕੀਮਤਾਂ ਥੱਲੇ ਆਉਂਦੀਆਂ ਉਦੋਂ ਫਿਰ ਵਧਾ ਲੈਣ। ਜ਼ਰੂਰਤ ਇਸ ਗੱਲ ਦੀ ਹੈ ਕਿ ਕਾਂਗਰਸੀ ਦੀ ਰਾਜਨੀਤੀ ਹੈ ਜਿਹੜੀ ਸੋਚ ਸਮਝ ਕੇ ਕਰਨ, ਜਿੱਥੇ ਫਾਇਦਾ ਪਹੁੰਚਾ ਸਕਦੇ ਲੋਕਾਂ ਨੂੰ ਉੱਥੇ ਤੇ ਪਹੁੰਚਾਉਣ ਘੱਟੋ ਘੱਟ। ਔਰ ਮੇਰੇ ਖਿਆਲ ਦੇ ਨਾਲ ਜੇ ਪੰਜਾਬ ਦੇ ਵਿੱਚ ਮੰਨ ਲਓ ਵੈਟ ਘਟਾ ਦਿੰਦੇ ਆ, ਜਿੱਦਾਂ ਇਹਨਾਂ ਨੇ ਰਾਜਸਥਾਨ ਚ ਗੇਮ ਖੇਡੀ ਆ, ਰਾਜਸਥਾਨ ਦੇ ਵਿੱਚ ਭਾਜਪਾ ਸਰਕਾਰ ਨੇ ਵੈਟ ਘਟਾਇਆ, ਤਾਂ ਇਹ ਘਟਾ ਕੇ ਇੱਕ ਸੰਦੇਸ਼ ਦੇ ਸਕਦੇ ਆ ਕਿ ਦੇਖੋ ਭਾਈ ਜੇ ਅਸੀਂ ਹੁੰਦੇ ਪੂਰੇ ਦੇਸ਼ ਦੇ ਵਿੱਚ ਤੇ ਅਸੀਂ ਤੁਹਾਡੀ ਬਾਂਹ ਫੜਨੀ ਸੀ, ਪੰਜਾਬ ਦੇ ਵਿੱਚ ਬਾਂਹ ਚੱਲਦੀ ਆ ਉੱਥੇ ਚਲਾ ਦਿੱਤੀ ਆ। ਖੈਰ ਹੁਣ ਦੇਖਦੇ ਹਾਂ ਕਿ ਕੀ ਇੱਥੋਂ ਮੰਗ ਉੱਠੂਗੀ ਜਾਂ ਨਹੀਂ ਉੱਠੂਗੀ ਜਾਂ ਇਕੱਲੀ ਸਿਆਸਤ ਹੀ ਹੋਊਗੀ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਭੋਲਾ ਡਰੱਗ ਕੇਸ ਵਿੱਚ ਨਿਰੰਜਨ ਸਿੰਘ ਦੀ ਗਵਾਹੀ ਨੇ ਕਈ ਸਵਾਲ ਖੜੇ ਕੀਤੇ। ਦੇਖੋ ਨਿਰੰਜਨ ਸਿੰਘ ਇੱਕ ਸਮੇਂ ਦਾ ਹੀਰੋ ਰਿਹਾ, ਸਾਰੇ ਪੰਜਾਬੀ ਇਹਦੀ ਕੰਡ ਤੇ ਖੜ ਗਏ ਸੀਗੇ, ਸਪੋਰਟ ਤੇ ਖੜ ਗਏ ਸੀਗੇ ਜਦੋਂ ਇਹਦਾ ਤਬਾਦਲਾ ਹੋਇਆ, ਤੁਹਾਨੂੰ ਯਾਦ ਹੋਣਾ। ਔਰ ਲਾਇਟ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ ਵਾਲੇ ਜਿਹੜੇ ਨਵਕਿਰਨ ਸਿੰਘ ਹੋ ਰਹੀਆਂ ਉਹ ਤੇ ਹਾਈਕੋਰਟ ਚਲੇ ਗਏ ਸੀਗੇ, ਉਹਨਾਂ ਨੇ ਇਹਦਾ ਤਬਾਦਲਾ ਸਟੇਅ ਕਰਾ ਦਿੱਤਾ ਸੀਗਾ ਕਿਉਂਕਿ ਇਹਨਾਂ ਨੂੰ ਬੰਗਾਲ ਦੇ ਵਿੱਚ ਭੇਜਿਆ ਜਾ ਰਿਹਾ ਸੀ ਕਲਕੱਤੇ ਦੇ ਵਿੱਚ, ਤਾਂ ਉਹਨਾਂ ਨੇ ਇਹ ਟ੍ਰਾਂਸਫਰ ਜਿਹੜਾ ਸੀਗਾ ਰੁਕਾ ਦਿੱਤਾ। ਫਿਰ ਉਸ ਤੋਂ ਬਾਅਦ ਇਹ ਉਮੀਦ ਜਗੀ ਸੀਗੀ ਕਿ ਇਸ ਕੇਸ ਦਾ ਕੋਈ ਹੰਨਾ ਬੰਨਾ ਹੋ ਜਾਊਗਾ, ਪਰ ਆਹ ਤੇ ਹੁਣ ਜੋ ਨਿਕਲਿਆ ਇਹਨੇ ਤੇ ਸਾਰਾ ਕੁਛ ਸਾਫ਼ ਹੀ ਕਰ ਦਿੱਤਾ ਕਿ ਉਹ ਜਿਵੇਂ ਕਹਿੰਦੇ ਨੇ ਨਾ ਕੱਟੇ ਕੌਡੀਆਂ ਰੁਲ ਗਏ ਆ। ਹੁਣ ਹੋਇਆ ਕੀ ਆ, ਦੇਖੋ ਇੱਕ ਖ਼ਬਰ ਜਿਹੜੀ ਆ ਨਾ ਉਹ ਪਿਛਲੇ ਹਫ਼ਤੇ ਨਿਕਲ ਆਈ ਸੀਗੀ, ਵੀਰ ਸ਼ੁੱਕਰਵਾਰ ਹੀ ਪਤਾ ਲੱਗ ਗਿਆ ਸੀਗਾ, ਪਰ ਦਸਤਾਵੇਜ਼ੀ ਸਬੂਤ ਕੋਈ ਨਹੀਂ ਸਨ। ਸਾਡੇ ਵਰਗਿਆਂ ਨੂੰ ਪਤਾ ਲੱਗ ਗਿਆ ਸੀਗਾ ਕਿ ਨਰਿੰਦਰ ਸਿੰਘ ਨੇ ਕੋਰਟ ਦੇ ਵਿੱਚ ਜਾ ਕੇ ਇਹ ਚੀਜ਼ਾਂ ਜਿਹੜੀਆਂ ਮੰਨ ਲਈਆਂ। ਤਾਂ ਖੈਰ ਉਹ ਹੁਣ ਦਸਤਾਵੇਜ਼ੀ ਚੀਜ਼ਾਂ ਜਿਹੜੀਆਂ ਬਾਹਰ ਆ ਗਈਆਂ। ਹੋਇਆ ਕੀ ਆ ਕਿ 7 ਤਰੀਕ ਨੂੰ ਪੇਸ਼ੀ ਸੀਗੀ, 7 ਤਰੀਕ ਨੂੰ ਜਿਹੜੀ ਪੇਸ਼ੀ ਸੀਗੀ ED ਕੋਰਟ ਦੇ ਵਿੱਚ, ਉੱਥੇ ਕ੍ਰੋਸ ਐਗਜ਼ਾਮਿਨ ਹੋਇਆ ਇਹਦਾ ਨਰਿੰਦਰ ਸਿੰਘ ਦਾ। ਕ੍ਰੋਸ ਐਗਜ਼ਾਮਿਨ ਤੋਂ ਭਾਵ ਇਹ ਹੁੰਦਾ ਕਿ ਜਦੋਂ ਦਵਾਲੀ ਜ਼ਿਰਾ ਚੱਲਦੀ ਹੈ ਦੋਵੇਂ ਪਾਸੇ ਤੋਂ ਸਵਾਲ ਜਵਾਬ ਹੁੰਦੇ ਆ, ਤਾਂ ਉੱਥੇ ਜਿਹੜੇ ਮਨਜਿੰਦਰ ਬਿੱਟੂ ਔਲਖ ਤੇ ਸੁਖਜੀਤ ਸੁੱਖਾ ਦੇ ਵਕੀਲ ਸੀਗੇ, ਉਹਨਾਂ ਨੇ ਪੁੱਛਿਆ ਕਿ ਭਾਈ ਤੁਸੀਂ ਮਜੀਠੀਆ ਦਾ ਕੀ ਕੀਤਾ ਜੀ। ਇਹ ਕਹਿੰਦਾ ਜੀ ਕਿ ਮਜੀਠੀਆ ਸਾਨੂੰ ਸਹਿਯੋਗ ਹੀ ਨਹੀਂ ਦਿੰਦਾ, ਉਹਦੇ ਤੋਂ ਆਪਾਂ ਸੱਤੇ ਦਾ ਨੰਬਰ ਪੁੱਛਿਆ ਸੀ, ਨਾ ਉਹਨੇ ਸੱਤੇ ਦਾ ਨੰਬਰ ਦਿੱਤਾ ਨਾ ਅੱਠੇ ਦਾ ਨੰਬਰ ਦਿੱਤਾ, ਕਰਦਾ ਹੀ ਕੁਛ ਨੀ। ਤੇ ਵਕੀਲਾਂ ਨੇ ਫਿਰ ਪੁੱਛਿਆ ਕਿ ਜੇ ਕੋਈ ਤੁਹਾਡੇ ਨਾਲ ਸਹਿਯੋਗ ਨਹੀਂ ਕਰਦਾ ਤਾਂ ਉਹਦੇ ਲਈ ਤੁਹਾਡੇ ਕੋਲ ਕੀ ਫੰਡਾ ਡੰਡਾ। ਕਹਿੰਦੇ ਜੀ ਕਿ
ਅਸੀਂ ਉਹਨੂੰ ਗ੍ਰਿਫਤਾਰ ਵੀ ਕਰ ਸਕਦੇ ਤਾਂ ਸਾਡੇ ਕੋਲ ਇਹ ਅਖਤਿਆਰ ਹੈ ਕਿ ਅਸੀਂ ਗ੍ਰਿਫਤਾਰ ਕਰ ਸਕਦੇ ਹਾਂ ਤੇ ਦੁਬਾਰਾ ਉਹਨੂੰ ਸਮਨਿੰਗ ਕਰਾਉਣ ਵਾਸਤੇ ਅਗਲੀ ਅਦਾਲਤ ਦੇ ਵਿੱਚ ਵਰੰਟ ਵੀ ਲਿਆ ਜਾ ਸਕਦਾ। ਹੁਣ ਇਹ ਆਪਣੇ ਆਪ ਦੇ ਵਿੱਚ ਹੀ ਕਨਫੈਸ਼ਨ ਆ ਕਿ ਨਿਰੰਜਨ ਸਿੰਘ ਜੀ ਜਿਹੜੇ ਆ ਉਹ ਕਿਤੇ ਨਾ ਕਿਤੇ ਦਬਾਅ ਦੇ ਹੇਠ ਚੱਲਦੇ ਪਏ ਜਾਂ ਉਹ ਆਪ ਇੰਨੇ ਸੁਸਤ ਹੋ ਗਏ ਆ ਕਿ ਇਹ ਕੇਸ ਜਿਹੜਾ ਉਹ ਅੱਗੇ ਤੋਰਨਾ ਹੀ ਨਹੀਂ ਚਾਹੁੰਦੇ। ਦੋ ਚੀਜ਼ਾਂ ਚ ਇੱਕ ਚੀਜ਼ ਤੇ ਹੈ ਕਿਉਂਕਿ ਦੇਖੋ ਨਾ ਉਹ ਆਪ ਹੀ ਮੰਨਦੇ ਪਏ ਆ ਕਿ ਮਜੀਠੀਆ ਜਿਹੜਾ ਸਹਿਯੋਗ ਨਹੀਂ ਕਰਦਾ ਪਿਆ। ਹੁਣ ਪਹਿਲੀ ਗੱਲ ਤੇ ਇਹ ਇੱਕ ਸਵਾਲ ਉੱਠੂਗਾ ਕਿ ਮਜੀਠੀਆ ਐਵੇਂ ਕਹੀ ਜਾਂਦਾ ਲੋਕਾਂ ਨੂੰ ਕਿ ਮੈਨੂੰ ਕਲੀਨ ਚਿੱਟ ਮਿਲ ਗਈ, ਕਲੀਨ ਚਿੱਟ ਮਿਲ ਗਈ। ਔਰ ਦੂਜੀ ਚੀਜ਼ ਇਹ ਆ ਕਿ ਅਰਵਿੰਦ ਕੇਜਰੀਵਾਲ ਐਵੇਂ ਮਾਫ਼ੀ ਮੰਗਿਆ ਬਿਨਾਂ ਗੱਲ ਤੋਂ, ਕਿਉਂਕਿ ਇੰਡੀਆ ਵਾਲੇ ਤਾਂ ਸਾਡੇ ਕਹੀ ਜਾਂਦੇ ਉਹਨੇ ਤਾਂ ਕੁਛ ਸਹਿਯੋਗ ਹੀ ਨਹੀਂ ਕੀਤਾ ਸਾਨੂੰ। ਹੁਣ ਇੱਥੇ ਦੂਜੀ ਚੀਜ਼ ਜਿਹੜੀ ਵੇਖਣ ਵਾਲੀ ਕਿ ਨਿਰੰਜਨ ਸਿੰਘ ਜੀ ਆਪ ਹੀ ਮੰਨਦੇ ਆ ਕਿ ਉਹ ਸਹਿਯੋਗ ਸੀ ਉਹ ਕੁਛ ਨਹੀਂ ਕਰਦਾ, ਤਾਂ ਦੂਜੀ ਚੀਜ਼ ਕੀ ਕਹਿੰਦੇ ਆ ਕਿ ਜਿਹੜਾ ਨਹੀਂ ਸਹਿਯੋਗ ਕਰਦਾ ਅਸੀਂ ਉਹਨੂੰ ਫੜ ਸਕਦੇ ਹਾਂ, ਅਰੈਸਟ ਕਰ ਸਕਦੇ ਹਾਂ, ਤੇ ਤੀਜੀ ਚੀਜ਼ ਨਾਲ ਇਹ ਕਹਿੰਦੇ ਆ ਕਿ ਦੁਬਾਰਾ ਸਮਨਿੰਗ ਵਾਸਤੇ ਅਸੀਂ ਕੋਰਟ ਦੇ ਵਿੱਚੋਂ ਵਰੰਟ ਵੀ ਕਢਵਾ ਸਕਦੇ। ਹੁਣ ਤੁਹਾਡੇ ਕੋਲ ਜਦੋਂ ਸਾਰੇ ਅਖਤਿਆਰ ਆ, ਤੁਹਾਡੇ ਭੱਠੇ ਚ ਜਦੋਂ ਸਾਰੇ ਤੀਰ ਆ, ਤੁਸੀਂ ਵਰਤੇ ਕਿਉਂ ਨੇ? ਸਭ ਤੋਂ ਵੱਡਾ ਸਵਾਲ ਇਹ ਆ। ਕਿਉਂਕਿ ਦੇਖੋ ਮਜੀਠੀਆ ਵੀ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਸਵਾਲਾਂ ਦੇ ਲੈ ਰਹੇ ਕਿਹਾ ਕਿ ਜੇ ਮਜੀਠੀਆ ਸਾਹਿਬ ਦਾ ਕੋਈ ਲਿੰਕ ਹੀ ਨਹੀਂ ਇਸ ਮਾਮਲੇ ਦੇ ਨਾਲ ਤਾਂ ਸਹਿਯੋਗ ਕਿਉਂ ਨਹੀਂ ਕਰ ਰਹੇ? ਵੱਡਾ ਸਵਾਲ ਤੇ ਆ। ਦੂਜੀ ਚੀਜ਼ ਇਹ ਆ ਕਿ ਜੇ ਸਹਿਯੋਗ ਨਹੀਂ ਕਰਦਾ ਪਿਆ ਤਾਂ ਸਹਿਯੋਗ ਕਰਵਾਉਣ ਲਈ ਤੁਸੀਂ ਕੀ ਕਰ ਰਹੇ ਹੋ? ਇਹ ਸਭ ਤੋਂ ਵੱਡਾ ਸਵਾਲ ਆ। ਸੋ ਨਿਰੰਜਨ ਸਿੰਘ ਬਾਰੇ ਤੇ ਅੱਜ ਨਵਕਿਰਨ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਇਸ ਬੰਦੇ ਦੀ ਪਿੱਠ ਤੇ ਖਲੋਤੇ ਸਾਂ, ਪਰ ਹੁਣ ਸਾਨੂੰ ਦੱਸਦੇ ਆ ਕੁਛ ਲੋਕ ਇਹ ਵੀ ਬੰਦਾ ਵੇਖ ਗਿਆ, ਕਹਿੰਦੇ ਕੋਈ ਹੋ ਸਕਦਾ ਕਿ ਇਹ ਸੱਚ ਹੋਵੇ, ਪਰ ਉਮੀਦ ਕਰਦੇ ਝੂਠ ਹੋਵੇ, ਪਰ ਕਹਿੰਦੇ ਕਿ ਸਾਰੇ ਦਸਤਾਵੇਜ਼ ਹੁਣ ਅਸੀਂ ਹਾਈਕੋਰਟ ਚ ਰੱਖਾਂਗੇ ਕਿ ਜਿਹੜੇ ਬੰਦੇ ਦੀ ਤੁਸੀਂ ਬਦਲੀ ਰੋਕੀ ਹੋਈ ਆ, ਸਟੇ ਕੀਤੀ ਹੋਈ ਆ, ਉਹ ਬੰਦਾ ਕਿਸ ਤਰ੍ਹਾਂ ਚੱਲਦਾ ਪਿਆ ਸਾਰਾ ਕੁਛ ਅਸੀਂ ਹੁਣ ਅਦਾਲਤ ਚ ਦੱਸਾਂਗੇ। ਇੱਕ ਚੀਜ਼ ਸਾਫ਼ ਹੋ ਜਾਂਦੀ ਹੈ ਇੱਥੋਂ ਕਿ ਈਡੀ ਜਿਹੜੀ ਆ, ਚਾਹੇ ਉਹ ਨਿਰੰਜਨ ਸਿੰਘ ਹੋਵੇ ਚਾਹੇ ਕੋਈ ਵੀ ਹੋਵੇ, ਈਡੀ ਨੂੰ ਕੀੜੀ ਦੀ ਤੋੜ ਤੋੜਨ ਵਾਸਤੇ ਕੇਂਦਰ ਹੈ ਜਿਹੜੀ ਉਹ ਵਾਹ ਲਾ ਦਿੰਦੀ ਹੈ। ਤੇ ਕੇਂਦਰ ਦੇ ਵਿੱਚ ਹੁਣ ਕੌਣ ਬੈਠਾ ਤੁਹਾਨੂੰ ਪਤਾ ਹੀ ਆ, ਮਜੀਠੀਆ ਸਾਹਿਬ ਦੀ ਭੈਣ ਬੈਠੀ ਆ, ਕੇਂਦਰੀ ਵਜ਼ੀਰ ਆ। ਸੋ ਇਹ ਸਾਰਾ ਕੁਛ ਆ ਜਿਹੜਾ ਉਹ ਅੱਜ ਸਾਫ਼ ਹੋ ਗਿਆ, ਸਵਾਲ ਬੜੇ ਉੱਠਦੇ ਪਏ ਆ ਟੈਲੀਵਿਜ਼ਨ ਚੈਨਲਾਂ ਤੇ, ਇੱਕ ਦਫ਼ਾ ਫਿਰ ਮਜੀਠੀਆ ਮਜੀਠੀਆ ਹੋਈ ਪਈ ਆ, ਸੋਸ਼ਲ ਮੀਡੀਆ ਤੇ ਤਾਂ ਹਾਲੇ ਖ਼ਬਰ ਹੈ ਜਿਹੜੀ ਘੱਟ ਆ, ਪਰ ਸਵਾਲ ਬਹੁਤ ਵੱਡੇ ਖੜੇ ਹੋ ਗਏ ਆ ਕਿ ਏਡਾ ਵੱਡਾ ਜਿਹੜਾ ਕੇਂਦਰੀ ਸੰਸਥਾਨ ਕੇਂਦਰੀ ਅਦਾਰਾ ਹੈ ਉਹ ਕਿਸ ਤਰੀਕੇ ਦੇ ਨਾਲ ਦਬਾਅ ਹੇਠ ਕੰਮ ਕਰਦਾ ਪਿਆ। CBI ਜਾਂ ਇਲੈਕਸ਼ਨ ਕਮਿਸ਼ਨ ਉਹ ਤੇ ਭਰੋਸੇਯੋਗਤਾ ਅੱਗੇ ਗਵਾਈ ਚੁੱਕੇ ਸੀ ਮੇਰੇ ਖਿਆਲ ਦੇ ਨਾਲ, ED ਦੀ ਭਰੋਸੇਯੋਗਤਾ ਵੀ ਜਿਹੜੀ ਆ ਘੱਟੋ ਘੱਟ ਪੰਜਾਬ ਦੇ ਵਿੱਚ ਦਾਅ ਤੇ ਲੱਗੀ ਦਾਅ ਤੇ ਲੱਗੀ ਬਿਲਕੁਲ ਕੋਈ ਦੋਰਾਵਾਂ ਨਹੀਂ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਅਕਾਲੀ ਦਲ ਦੇ ਇੱਕ ਵੱਡੇ ਆਗੂ ਖਿਲਾਫ ਮਾਮਲਾ ਦਰਜ ਹੋਇਆ। ਇਹ ਵੱਡੇ ਆਗੂ ਆ ਜੀ ਭੁੰਦੜ ਸਾਹਿਬ, ਔਰ ਭੁੰਦੜ ਸਾਹਿਬ ਉਹ ਆਗੂ ਆ ਜਿਹਨਾਂ ਤੋਂ ਸ਼ੁਰੂਆਤ ਹੋਈ ਸੀਗੀ ਕਿਸਾਨ ਅੰਦੋਲਨ ਦੀ, ਜਦੋਂ ਕਿਸਾਨ ਮਗਰ ਲੱਗੇ ਸੀ ਇਹਨਾਂ ਦੇ ਪਠਾਨਕੋਟ, ਉਦੋਂ ਵੀ ਇਹਨਾਂ ਨੇ ਕਸੂਤਾ ਜਿਹਾ ਪਾਇਆ ਸੀਗਾ ਮੰਚ ਤੋਂ ਉੱਤਰ ਕੇ ਭੱਜੇ ਫਿਰ, ਤਾਂ ਉਦੋਂ ਬਾਅਦ ਹੀ ਕਿਸਾਨ ਅੰਦੋਲਨ ਜਿਹੜਾ ਭਖਿਆ, ਕਿਉਂਕਿ ਇੱਕ ਤੇ ਕਿਸਾਨ ਮਰ ਗਏ, ਇਹਨਾਂ ਨੇ ਮਾਰ ਕੱਤੇ, ਨਰਮਾ ਤਬਾਹ ਹੋ ਗਿਆ, ਤੇ ਜਦੋਂ ਇੱਕ ਮੇਲੇ ਚ ਵਿਰੋਧਤਾ ਕੀਤੀ ਤੇ ਉਲਟਾ ਉਹਨਾਂ ਨੂੰ ਪੈ ਗਏ, ਫਿਰ ਉਹ ਹਾਲ ਹੋਇਆ ਤੁਹਾਨੂੰ ਪਤਾ ਹੀ ਅੱਗੇ ਤੇ ਜਿਹੜਾ ਕੁਛ ਵਾਪਰਿਆ ਸੀਗਾ, ਸੜਕਾਂ ਕਿੱਦਾਂ ਜਾਮ ਹੋਈਆਂ, ਇਹਨਾਂ ਦੀਆਂ ਕਾਰਾਂ ਦੀਆਂ ਬ੍ਰੇਕਾਂ ਕਿੱਦਾਂ ਜਾਮ ਹੋਈਆਂ, ਚੱਕੇ ਜਾਮ ਖਰਾਬ ਛੱਡੇ ਸੀ ਲੋਕਾਂ ਨੇ ਉਸ ਸਮੇਂ। ਤਾਂ ਖੈਰ ਇਹ ਜਿਹੜਾ ਮਾਮਲਾ ਦਰਜ ਹੋਇਆ, ਮਾਮਲਾ ਦਰਜ ਇਸ ਕਰਕੇ ਹੋਇਆ ਕਿਉਂਕਿ ਕੱਲ ਇੱਥੇ ਸੀਗੀ ਸਾਡੇ ਗਵਾਂਢ ਅਬੋਹਰ ਦੇ ਵਿੱਚ ਰੈਲੀ, ਅਬੋਹਰ ਦੇ ਵਿੱਚ ਰੈਲੀ ਕੀਤੀ, ਬਾਦਲ ਸਾਹਿਬ ਵੈਸੇ ਇਕੱਠ ਨੂੰ ਵੇਖ ਕੇ ਕਹਿੰਦੇ ਕਿ ਬੱਲੇ ਬੱਲੇ ਬੱਲੇ, ਇੰਨਾ ਇਕੱਠ ਮੈਂ ਆਪਣੀ ਜ਼ਿੰਦਗੀ ਚ ਨਹੀਂ ਦੇਖਿਆ। 93 ਸਾਲ ਵਾਲਾ ਜਿਹੜਾ ਫਿਗਰ ਉਹ ਕਹਿੰਦਾ ਉਲਟਾ ਪੁਲਟਾ ਹੋ ਗਿਆ, ਜਿਵੇਂ ਪਾਲ ਭੱਟੀ ਵਾਲਾ ਉਲਟਾ ਪੁਲਟਾ ਨਾ, ਕਹਿੰਦਾ ਕਿ 93 ਵਾਲਾ ਸਿਸਟਮ ਹੈ ਜਿਹੜਾ ਨਾਇਆ ਉਹ ਪਿੱਛੇ ਚਲਾ ਗਿਆ, ਤੀ ਅੱਗੇ ਆ ਗਿਆ, ਜਾਣੀ ਮੈਂ 39 ਸਾਲ ਦਾ ਫੀਲ ਕਰ ਲਿਆ। ਤਾਂ ਇਹ ਇੰਨਾ ਜ਼ਿਆਦਾ ਹਰਸ਼ੋ ਹਲਾਸ ਸੀਗਾ ਉਹਨਾਂ ਦੇ ਮੁੱਖ ਤੇ। ਖੈਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਾਲ ਹੀ ਚੱਲੀਆਂ, ਤੇ ਹਰਸ਼ੋ ਹਲਾਸ ਦੇ ਨਾਲ ਵਿਰੋਧ ਵੀ ਨਾਲ ਹੀ ਕਾਲੀਆਂ ਝੰਡੀਆਂ, ਤੁਹਾਨੂੰ ਪਤਾ ਉਹ ਤੇ ਪੱਕਾ ਅਕਾਲੀ ਦਲ ਦਾ ਇੱਕ ਪ੍ਰਤੀਕ ਹੀ ਬਣ ਗਈਆਂ, ਜਿੱਥੇ ਜਾਂਦੇ ਆ ਨਾਲ ਕਾਲੀਆਂ ਝੰਡੀਆਂ ਚਲੇ ਜਾਂਦੀਆਂ। ਤਾਂ ਉਸ ਰੈਲੀ ਦੇ ਵਿੱਚ ਮਜੀਠੀਏ ਨੇ ਨਵਜੋਤ ਸਿੱਧੂ ਨੂੰ ਨਵਜੋਤ ਸਿੰਘ ਬੁੱਧੂ ਕਹਿ ਦਿੱਤਾ, ਨਾਲ ਇੱਥੋਂ ਤੱਕ ਕਹਿ ਦਿੱਤਾ ਕਿ ਮੈਨੂੰ ਤੇ ਸਮਝ ਨੀ ਆਉਂਦੀ ਕਿ ਇਹਦੇ ਬਾਪੂ ਕਿੰਨੇ ਕਿਹਾ, ਤੇ ਕਦੇ ਬਾਦਲ ਸਾਹਿਬ ਨੂੰ ਬਾਪੂ ਕਹਿੰਦਾ ਇਹ, ਅੱਜ ਕੱਲ ਕਾਂਗਰਸ ਦੇ ਪੱਪੂ ਦੇ ਪੈਰਾਂ ਚ ਹੱਥ ਲਾ ਕੇ ਕਹਿੰਦਾ ਬਾਪੂ ਜੀ ਕੀ ਹਾਲ ਆ, ਪਾਪਾ ਜੀ ਕੀ ਹਾਲ ਆ। ਸੋ ਇਸ ਤਰ੍ਹਾਂ ਦੇ ਸ਼ਬਦ ਉਹਨੇ ਵੀ ਵਰਤੇ। ਸੁਖਬੀਰ ਸਿੰਘ ਬਾਦਲ ਬਾਰੇ ਤੇ ਗੱਲ ਹੀ ਕੀ ਕਰਨੀ ਆ, ਉਹ ਤੇ ਗੱਲ ਹੀ ਜਿੱਥੋਂ ਸ਼ੁਰੂ ਕਰਦਾ, 2 ਤੱਕ ਇਹਦਾ ਜਾਖੜ, ਇਹਨੂੰ ਮੈਂ ਹੱਥ ਕੜੀਆਂ ਲਾ ਦੂ, ਇਹ ਕਰ ਦੂ, ਉਹ ਕਰ ਦੂ, ਪਰ ਸਭ ਤੋਂ ਵੱਡੀ ਗੱਲ ਤੇ ਇਹ ਵਾਪਰੀ ਕਿ ਬਲਵਿੰਦਰ ਸਿੰਘ ਭੁੰਦੜ ਦੀ ਜਦੋਂ ਸਪੀਚ ਆਈ, ਇਹਨੇ ਕਹਿ ਦਿੱਤਾ ਬਾਦਸ਼ਾਹ ਦਰਵੇਸ਼ ਪ੍ਰਕਾਸ਼ ਸਿੰਘ ਬਾਦਲ, ਇੱਥੋਂ ਪੈ ਗਿਆ ਸਿਆਪਾ, ਇਹ ਪੈ ਗਈ ਕਸੂਰੀ।
ਕਿਉਂਕਿ ਬਾਦਸ਼ਾਹ ਦਰਵੇਸ਼ ਤੁਹਾਨੂੰ ਪਤਾ ਕਿ ਨੰਦ ਲਾਲ ਜੀ ਦੀ ਇੱਕ ਗਜ਼ਲ ਆ ਜੋ ਉਹਨਾਂ ਨੇ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੋਲੀ ਸੀਗੀ ਉਹਨਾਂ ਨੂੰ ਸੰਬੋਧਨ ਕਰਕੇ, ਤਾਂ ਇਹ ਭਸੂੜੀ ਪੈ ਗਈ। ਜਦੋਂ ਭਸੂੜੀ ਪੈ ਗਈ ਤਾਂ ਹਾਲਾਂਕਿ ਇਹਨਾਂ ਨੇ ਮਾਫ਼ੀ ਮੰਗ ਲਈ ਧੂੰਦੜ ਸਾਹਿਬ ਨੇ, ਪਰ ਹੁਣ ਮਾਫ਼ੀ ਤੇ ਭੌਰ ਨੇ ਵੀ ਮੰਗੀ ਸੀਗੀ ਨਾ, ਜੀ ਭੌਰ ਦੀ ਮਾਫ਼ੀ ਕਿਹੜਾ ਮੰਨੀਗੇ। ਤੋ ਇਹਨੇ ਮਾਫ਼ੀ ਮੰਗ ਲਈ, ਕਹਿੰਦਾ ਜੀ ਕਿ ਮੈਂ ਇਸ ਚੀਜ਼ ਲਈ ਖਿਮਾ ਦਾ ਯਾਚਕ ਹਾਂ ਕਿਉਂਕਿ ਇਹ ਸ਼ਬਦ ਜਿਹੜਾ ਮੇਰੇ ਮੂੰਹ ਚੋਂ ਨਿਕਲ ਗਿਆ। ਹਾਲਾਂਕਿ ਜ਼ਬਾਨ ਕਿਸੇ ਦੀ ਵੀ ਸਲਿਪ ਕਰ ਸਕਦੀ ਆ, ਪਰ ਜਿਵੇਂ ਇਹ ਧਰਮ ਨੂੰ ਕਈ ਵਾਰ ਵਰਤਦੇ ਆ, ਧਰਮ ਦਾ ਇਸਤੇਮਾਲ ਕਰਦੇ ਆ ਆਪਣੇ ਵੈਰੀ ਵਿਰੋਧੀ ਨੂੰ ਰੋਕਣ ਲਈ ਜਾਂ ਉਹਨੂੰ ਉਲਝਾਉਣ ਵਾਸਤੇ, ਉਹੀ ਫੰਡਾ ਜਿਹੜਾ ਹੁਣ ਇਹਨਾਂ ਤੇ ਵਰਤਿਆ ਜਾ ਰਿਹਾ। ਇਹਨਾਂ ਦਾ ਹੀ ਇੱਕ ਪੁਰਾਣਾ ਸਾਥੀ ਆ ਗੁਰਸੇਵਕ ਸਿੰਘ ਹਰਪਾਲਪੁਰਾ, ਕਦੇ ਉਹ ਅਕਾਲੀ ਸਫ਼ਾ ਚ ਵਿਚਰਦਾ ਹੁੰਦਾ ਸੀ, ਉਹਨੇ ਅੱਜ ਚੱਕ ਕੇ ਸੋਹਾਣੇ ਥਾਣੇ ਦੇ ਵਿੱਚ ਇਹਦੇ ਤੇ ਪਰਚਾ ਦਰਜ ਕਰਵਾ ਦਿੱਤਾ ਜੀ। ਤਾਂ ਪਰਚਾ ਦਰਜ ਕਰਵਾ ਦਿੱਤਾ, ਪਰ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਉਹਨੇ, ਖਾਸ ਤੌਰ ਤੇ ਇੱਕ ਇੰਟਰਵਿਊ ਕੀਤੀ ਆ ਨੀਲ ਭੁਲਿੰਦਰ ਸਿੰਘ ਪੱਤਰਕਾਰ ਦੇ ਨਾਲ, ਉਹਦੇ ਚ ਉਹਨੇ ਇੱਥੋਂ ਤੱਕ ਕਿਹਾ, ਕਹਿੰਦਾ ਕਿ ਸਿਧਾਂਤ ਪਰੰਪਰਾਵਾਂ ਇਹ ਤੇ ਰੋਲ ਕੇ ਰੱਖੀਆਂ ਹੋਈਆਂ ਇਹਨਾਂ ਨੇ। ਕਹਿੰਦਾ ਕਿ ਬਾਦਲ ਸਾਹਿਬ ਨੇ ਅੰਮ੍ਰਿਤ ਛਕਿਆ ਸੀਗਾ ਤੇ ਅੱਜ ਤੱਕ ਗਾਤਰਾ ਉਹਦੇ ਵੀ ਨੀ ਵੇਖਿਆ, ਇੱਥੋਂ ਤੱਕ ਕਿ ਉਹਦੀ ਪਤਨੀ ਨੇ ਅੰਮ੍ਰਿਤ ਨਹੀਂ ਸੀ ਛਕਿਆ, ਜਦਕਿ ਜਿਹੜਾ ਵੀ ਕੋਈ ਮੈਰਿਡ ਕਪਲ ਆ ਉਹਦਾ ਦੋਨਾਂ ਦਾ ਦੋਨਾਂ ਜੀਆਂ ਦਾ ਅੰਮ੍ਰਿਤ ਛਕਣਾ ਜ਼ਰੂਰੀ ਆ। ਉਹੀ ਕਹਿੰਦਾ ਕਿ ਅੱਗੇ ਫੰਡਾ ਸੁਖਬੀਰ ਸਿੰਘ ਬਾਦਲ ਦਾ, ਇਹਨੇ ਆਪ ਅੰਮ੍ਰਿਤ ਛਕਿਆ ਸੀ, ਬੀਬਾ ਜੀ ਨੇ ਅੰਮ੍ਰਿਤ ਨਹੀਂ ਛਕਿਆ, ਇਹ ਗਾਤਰਾ ਇਹਦਾ ਵੀ ਨਹੀਂ ਕੀਤਾ। ਉਹਨੇ ਕਈ ਚੀਜ਼ਾਂ ਕਹੀਆਂ ਨੇ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਅਕਾਲੀਆਂ ਦੇ ਦਿਨ ਜਿਹੜੇ ਆ ਨਾ ਮਾੜੇ ਚੱਲਦੇ ਆ, ਔਰ ਮਾੜੇ ਦਿਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਦਹੀਂ ਦੇ ਨਾਲ ਵੀ ਦਾੜ ਟੁੱਟ ਜਾਂਦੀ ਹੈ। ਤਾਂ ਇਹ ਕਰਮ ਤੇ ਉੱਥੇ ਸਿਫਤ ਲੱਗੇ ਸੀਗੇ, ਖੁਸ਼ਾਮਦ ਕਰਨ ਲੱਗੇ ਸੀ, ਬਾਦਲ ਸਾਹਿਬ ਦੇ ਕਸੀਦੇ ਪੜਨ ਲੱਗੇ ਘੂੰਗਰ ਸਾਹਿਬ, ਉਹ ਮਾਮਲਾ ਐਸਾ ਪੁੱਠਾ ਪਿਆ, ਹੁਣ ਕਹਿੰਦੇ ਕਿ ਮਾਫ਼ੀ ਮੂਫ਼ੀ ਛੱਡੋ, ਇਹਨੂੰ ਇੱਕ ਤੇ ਕਾਨੂੰਨੀ ਉਲਝਣ ਚ ਪਾਉਣਾ ਹੀ ਪਾਉਣਾ, ਔਰ ਦੂਸਰਾ ਇਹ ਆ ਕਿ ਇਹਨੂੰ ਹੁਣ ਅਕਾਲ ਤਖ਼ਤ ਤੇ ਤਲਬ ਕਰਵਾਉਣਾ ਹੀ ਕਰਵਾਉਣਾ। ਅਕਾਲ ਤਖ਼ਤ ਤੇ ਜਿਹਨੇ ਤਲਬ ਕਰਨਾ ਉਹ ਹਾਲ ਤੱਕ ਲਾਪਤਾ ਹੀ ਆ, ਉਹਦਾ ਹੁਣ ਪਤਾ ਨਹੀਂ ਲੱਗਦਾ, ਪਰ ਜਿਸ ਤਰੀਕੇ ਦੇ ਨਾਲ ਇਹ ਦੂਸਰਿਆਂ ਨੂੰ ਉਲਝਾਉਂਦੇ ਰਹੇ ਆ, ਉਹੀ ਤਰੀਕਾ ਅੱਜ ਕੱਲ੍ਹ ਇਹਨਾਂ ਤੇ ਵੀ ਅਜ਼ਮਾਇਆ ਜਾ ਰਿਹਾ। ਜੀ ਜੀ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਘਰ 'ਚ ਦਾਖਲ ਹੋ ਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਦਾ ਕਤਲ। ਦੇਖੋ ਇਹ ਜਿਹੜੀ ਖਬਰ ਅੱਜ ਆਈ ਆ ਬੜੀ ਹੈਰਾਨ ਕਰਦੀ ਆ। ਇਹ ਹਿੰਦਾ ਸੀਗਾ ਮੁੰਡੇ ਦਾ ਨਾਮ, ਹਰਿੰਦਰ ਸਿੰਘ ਹਿੰਦਾ ਸੀਗਾ, ਗਿੱਲ ਜੋਨ ਬਠਿੰਡੇ ਜ਼ਿਲ੍ਹੇ ਦੇ ਵਿੱਚ ਉਹਦਾ ਇਹ ਉਮੀਦਵਾਰ ਸੀਗਾ। ਦੱਸਦੇ ਆ ਕਿ ਇਹਦੇ ਘਰ ਦੇ ਵਿੱਚ ਆਏ ਆ 3 ਜਣੇ, ਉਹਨਾਂ ਨੇ ਕੋਈ 10 ਦਾਰੂ ਦੂਰੂ ਵੀ ਪੀਤੀ ਆ, ਉਸ ਤੋਂ ਬਾਅਦ ਕਤਲ ਹੋਇਆ। ਹੁਣ ਇਹ ਸਾਫ਼ ਨੀ ਹੋਣ ਡਿਆ ਕਿ ਇਹ ਕੋਈ ਚੁਣਾਵੀ ਰੰਜੇ ਸੀਗੇ ਜਾਂ ਕੋਈ ਨਿੱਜੀ ਰੰਜੇ ਸੀ, ਜਾਂ ਫਿਰ ਜਿਵੇਂ ਆਮ ਤੌਰ ਤੇ ਹੁੰਦਾ ਖਾਧੀ ਪੀਤੀ ਚ ਤੁਹਾਨੂੰ ਪਤਾ ਕਈ ਵਾਰ ਮਿੱਤਰ ਲੜ ਪੈਂਦੇ ਆ, ਕਤਲ ਹੋ ਜਾਂਦੇ ਆ। ਸੋ ਇਹ ਪਤਾ ਨੀ ਲੱਗ ਸਕਿਆ, ਪਰ ਉਮੀਦਵਾਰ ਸੀਗਾ, ਇਹ ਏਡਾ ਵੱਡਾ ਕੰਮ ਹੋ ਜਾਣਾ ਔਰ ਚੱਲਦੀ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਹੋ ਜਾਣਾ, ਉਹ ਫਿਰ ਚਰਚਾ ਦਾ ਵਿਸ਼ਾ ਤਾਂ ਬਣਨਾ ਸੀ। ਹਾਲਾਂਕਿ ਆਮ ਆਦਮੀ ਪਾਰਟੀ ਨੇ ਜਿਹੜਾ ਆਫੀਸ਼ਲੀ ਅੱਜ ਪ੍ਰੈਸ ਨੋਟ ਜਾਰੀ ਕੀਤਾ, ਵੈਸੇ ਆਮ ਆਦਮੀ ਪਾਰਟੀਆਂ ਵੀ ਦੋ ਬਣੀਆਂ ਪਈਆਂ, ਤਾਂ ਕਹਿ ਸਕਦੇ ਹਾਂ ਕਿ ਜਿਹੜੀ ਹਰਪਾਲ ਚੀਮੇ ਔਰ ਵਾਲੀ ਪਾਰਟੀ ਆ, ਤਾਂ ਉਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ, ਉਹਨਾਂ ਨੇ ਇਹਨੂੰ ਸਿਆਸੀ ਕਤਲ ਦੱਸਿਆ। ਕਮਾਲ ਦੀ ਗੱਲ ਆ ਕਿ ਦੇਖੋ ਹੁਣ ਇਹ ਰਾਤ ਦਾ ਕੱਲ ਰਾਤ ਦਾ ਜਾਨੀ ਕਤਲ ਹੋਇਆ, ਅੱਜ ਰਾਤ ਇੱਥੇ ਇੰਡੀਆ ਦੇ ਵਿੱਚ ਹੁਣ ਇਸ ਸਮੇਂ 10:31 ਹੋ ਚੁੱਕੇ ਆ, ਤਾਂ ਇਹਨਾਂ 24 ਘੰਟਿਆਂ ਦੌਰਾਨ ਜਾਂ 18 ਘੰਟਿਆਂ ਦੇ ਦੌਰਾਨ ਹੁਣ ਤੱਕ ਪੁਲਿਸ ਇਸ ਨਤੀਜੇ ਤੇ ਵੀ ਨਹੀਂ ਪਹੁੰਚ ਸਕੀ ਕਿ ਇਹ ਚੁਣਾਵੀ ਰੰਜਿਸ਼ ਕਰਕੇ ਹੱਤਿਆ ਹੋਈ ਹੈ ਜਾਂ ਕੋਈ ਨਿੱਜੀ ਰੰਜਿਸ਼ ਕਰਕੇ ਹੱਤਿਆ ਹੋਈ ਆ। ਪਰ ਪੰਜਾਬ ਦੇ ਵਿੱਚ ਮੈਂ ਜਿਵੇਂ ਅੱਗੇ ਉਮੀਦ ਜਤਾਈ ਸੀਗੀ ਕਿ ਇਹ ਇਲੈਕਸ਼ਨ ਜਿਹੜੇ ਆ ਉਹ ਪਿਛਲੇ ਇਲੈਕਸ਼ਨ ਦੇ ਨਾਲੋਂ ਜ਼ਿਆਦਾ ਰੱਖੇ ਜਾਣਗੇ। ਉਹੀ ਕੁਛ ਹੋ ਗਿਆ, ਜੇ ਕਤਲ ਹੋ ਗਿਆ ਮੰਨ ਲਓ, ਅਸੀਂ ਮੰਨ ਕੇ ਚੱਲਦੇ ਹਾਂ ਕਿ ਹਾਲਾਂਕਿ ਚੁਣਾਵੀ ਰੰਜਿਸ਼ ਕਰਕੇ ਨਹੀਂ ਹੋਇਆ, ਪਰ ਜੇ ਇਹ ਚੁਣਾਵੀ ਰੰਜਿਸ਼ ਕਰਕੇ ਹੋਇਆ ਤਾਂ ਕਤਲ ਤੋਂ ਉੱਤੇ ਕਿਹੜੀ ਚੀਜ਼ ਆ। ਪਰ ਘਟਨਾਵਾਂ ਜਿਹੜੀਆਂ ਜਿੱਦਾਂ ਵਾਪਰਦੀਆਂ ਪਈਆਂ, ਜੇ ਅਸੀਂ ਆਖੀਏ ਕਿ ਇੱਥੇ ਕੰਮ ਰੁਕ ਜੂਗਾ, ਰੁਕਣਾ ਨਹੀਂ ਆ। ਅੱਜ ਵੀ ਬਠਿੰਡੇ ਦੇ ਵਿੱਚ ਛਿੱਤਰੋ ਛੇਤਰੀ ਹੋਇਆ, ਇੱਕ ਦਫ਼ਤਰ ਦੇ ਵਿੱਚ ਅਕਾਲੀ ਕਾਂਗਰਸ ਸੀ, ਇਸ ਤੋਂ ਇਲਾਵਾ ਗੁਰਦਾਸਪੁਰ ਦੇ ਵਿੱਚ ਤੇ ਉੱਥੇ ਕੁਰਸੀਆਂ ਚੱਲੀਆਂ, ਕਿਰਪਾਨਾਂ ਤੱਕ ਚੱਲ ਪਈਆਂ। ਇੱਕ ਪਾਸੇ ਬਰਿੰਦਰ ਸਿੰਘ ਭਾੜਾ ਦੇ ਭਰਾ ਸੀਗੇ, ਦੂਸਰੇ ਪਾਸੇ ਬੱਬੇ ਆਲੀ ਸੀਗਾ, ਤੇ ਉੱਥੇ ਉਹ ਹਾਲ ਕੀਤਾ ਇੱਕ ਦੂਜੇ ਦਾ, ਛੱਡੋ ਖਿਹੜਾ, ਉਹਨਾਂ ਨੇ ਕੁਰਸੀਆਂ ਮਾਰ ਮਾਰ ਕੇ ਤਰ੍ਹਾਂ ਤੇ ਲੋਕ ਉੱਥੇ ਮਜ਼ਾਕ ਕਰਦੇ ਸੀ, ਕਹਿੰਦੇ ਪਲਾਸਟਿਕ ਦੀਆਂ ਕੁਰਸੀਆਂ ਨਾਲ ਕੀ ਬਣਨਾ, ਲੱਕੜਾਂ ਦੀਆਂ ਕੁਰਸੀਆਂ ਮਾਰੋ ਇੱਕ ਦੂਜੇ ਦੇ ਚਰਚ, ਤੁਹਾਡਾ ਇਹੀ ਕੰਮ ਆ, ਤੁਹਾਡਾ ਇਹੀ ਰਹਿ ਗਿਆ। ਜਿਸ ਤਰੀਕੇ ਨਾਲ ਇਹ ਪੱਗੋ ਪੱਗੀ ਹੁੰਦੇ ਪਏ ਆ, ਤੁਹਾਨੂੰ ਵੇਖ ਕੇ ਲੱਗਦਾ ਇਹੋ ਆ ਕਿ ਪਤਾ ਨੀ ਪੰਜਾਬੀ ਕਿਹੜੀ ਪੱਗ ਨੂੰ ਪੈ ਗਏ ਆ। ਸੋ ਜ਼ਰੂਰਤ ਤੇ ਇਸ ਗੱਲ ਦੀ ਆ ਕਿ ਇਲੈਕਸ਼ਨ ਨੂੰ ਇਲੈਕਸ਼ਨ ਕਰਕੇ ਲਿਆ ਜਾਵੇ, ਖੇਡ ਕਰਕੇ ਲਿਆ ਜਾਵੇ, ਕਿਉਂਕਿ ਇੱਕ ਵੋਟਾਂ ਦੀ ਖੇਡ ਆ। ਪਰ ਇਹਨਾਂ ਨੇ ਜਿਸ ਤਰੀਕੇ ਨਾਲ ਇਸ ਖੇਡ ਨੂੰ ਖੂਨੀ ਖੇਡ ਬਣਾ ਦਿੱਤਾ, ਮੈਂ ਜਿਵੇਂ ਕਹਿ ਰਿਹਾ ਕਿ ਜੇ ਆਪਾਂ ਅੱਜ ਦੀਆਂ ਖਬਰਾਂ ਕਰਕੇ ਆਖੀਏ ਕਿ ਸ਼ਾਇਦ ਇਹ ਕੰਮ ਇੱਥੇ ਹੀ ਸਿਮਟ ਜਾਊਗਾ,
ਤੇ ਮੈਨੂੰ ਨਹੀਂ ਲੱਗਦਾ ਕਿਉਂਕਿ ਹੋ ਸਕਦਾ ਕੱਲ ਨੂੰ ਇਸ ਤੋਂ ਵੀ ਜ਼ਿਆਦਾ ਖਬਰਾਂ ਜਿਹੜੀਆਂ ਸਾਨੂੰ ਕਰਨੀਆਂ ਪੈਣ ਜੀ 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 ਮਿੰਟੂ ਜੀ ਜਾਂਦੇ ਜਾਂਦੇ ਅਗਲੀ ਖਬਰ 'ਤੇ ਨਜ਼ਰ ਮਾਰ ਦਈਏ ਕਹਿੰਦੇ ਪੰਜਾਬ ਅੰਦਰ ਨਵੇਂ ਫਰੰਟ ਦੀਆਂ ਫਿਰ ਚਰਚਾਵਾਂ ਹੋਣ ਲੱਗੀਆਂ ਜਦੋਂ ਕੋਈ ਇਲੈਕਸ਼ਨ ਹੁੰਦਾ ਉਦੋਂ ਕੋਈ ਫਰੰਟ 'ਚ ਕਰੰਟ ਆ ਜਾਂਦਾ ਬਾਅਦ ਵਿੱਚ ਫਿਰ ਫਿਊਜ਼ ਹੋ ਜਾਂਦਾ ਜੀ ਇਸ ਵਾਰੀ ਹੁਣ ਦੇਖੋ ਇੱਕ ਤੇ ਡਾਕਟਰ ਧਰਮਵੀਰ ਗਾਂਧੀ ਜੀ ਔਰ ਸੁਖਪਾਲ ਖਹਿਰਾ ਸਾਹਿਬ ਮਿਲੇ ਆ ਦੋਨੇ ਮਿਲੇ ਦੋ ਦਿਲ ਮਿਲ ਰਹੇ ਆ ਚੁਪਕੇ ਚੁਪਕੇ ਵਾਲਾ ਤਾਂ ਹਿਸਾਬ ਕਿਤਾਬ ਨੇ ਉਹ ਤੇ ਸ਼ਰਿਆਮ ਹੀ ਮਿਲੇ ਆ ਜੀ ਜੀ ਤਾਂ ਉਹ ਇੱਕ ਚੀਜ਼ ਹੋਰ ਵਾਪਰੀ ਆ ਕਿਉਂਕਿ ਬੈਂਸ ਬ੍ਰਦਰਸ ਦੇ ਪਿਤਾ ਜੀ ਗੁਜ਼ਰ ਗਏ ਸਨ ਜੀ ਤਾਂ ਉਹਨਾਂ ਦਾ ਜਿਹੜਾ ਇੰਤਕਾਲ ਸੀ ਉਸ ਤੋਂ ਬਾਅਦ ਭੋਗ ਹੁੰਦਾ ਜਿਹੜਾ ਉੱਥੇ ਸਾਰੇ ਇਕੱਤਰ ਹੋਏ ਔਰ ਬੰਬੇ ਵੀ ਕਿਹਾ ਨਾਯਾਬ ਹੀਰੇ ਇਕੱਠੇ ਹੋਏ ਕਿ ਇੱਕ ਤੇ ਉੱਥੇ ਬਲਵੰਤ ਸਿੰਘ ਰਾਮੂ ਵਾਲੀਆ ਪਹੁੰਚ ਗਿਆ ਇੱਕ ਜਗਮੀਤ ਬਰਾੜ ਇੱਕ ਬੀਰ ਦਵਿੰਦਰ ਸਿੰਘ ਸੁਖਪਾਲ ਸਿੰਘ ਖਹਿਰਣ ਚ ਜਾਣਾ ਹੀ ਜਾਣਾ ਸੀਗਾ ਉਧਰੋਂ ਬੱਲੇਬਾਜ ਸੁੱਚਾ ਸਿੰਘ ਛੋਟੇਪੁਰ ਪਹੁੰਚ ਗਿਆ ਉਧਰੋਂ ਇਹ ਡਾਕਟਰ ਧਰਮਵੀਰ ਗਾਂਧੀ ਹੋਰ ਵੀ ਸ਼ਾਇਦ ਗਏ ਹੋਣਗੇ ਸੋ ਕੁੱਲ ਮਿਲਾ ਕੇ ਦੱਸਦੇ ਕਿ ਜਦੋਂ ਉੱਥੇ ਇਹ ਇਸ ਤਰ੍ਹਾਂ ਦੇ ਖਿਡਾਰੀ ਇਕੱਠੇ ਹੋ ਗਏ ਤੇ ਫਿਰ ਚਰਚਾ ਤੁਹਾਨੂੰ ਪਤਾ ਸਿਆਸਤ ਦੀ ਹੋਣੀ ਸੀਗੀ ਤੇ ਉੱਥੋਂ ਅੱਜ ਟ੍ਰਿਬਿਊਨ ਨੇ ਖਬਰ ਵੀ ਲਾਈ ਆ ਕਿ ਫਰੰਟ ਤੇ ਚਰਚਾ ਹੋਈ ਆ ਇਕੱਠੇ ਹੋਏ ਕਹਿੰਦੇ ਕਿ ਸੰਬੰਧੀ ਹੋਏ ਆ ਮੇਲੇ ਆ ਜੋ ਆਪਾਂ ਗੱਲਬਾਤ ਕਰ ਲਈਏ ਦੱਸਦੇ ਆ ਕਿ 2019 ਦੀ ਜ਼ਮੀਨ ਤਿਆਰ ਕੀਤੀ ਜਾ ਰਹੀ ਹਾਲਾਂਕਿ ਕਈ ਵਾਰ ਖਬਰਾਂ ਜਿਹੜੀਆਂ ਉਹ ਬਾਹਰੀ ਰਹਿ ਜਾਂਦੀਆਂ ਪਰ ਜਿਸ ਤਰੀਕੇ ਨਾਲ ਡਾਕਟਰ ਧਰਮਵੀਰ ਗਾਂਧੀ ਸੁਖਪਾਲ ਖਹਿਰਾ ਸੁੱਚਾ ਸਿੰਘ ਛੋਟੇਪੁਰ ਇਹ ਬੋਚ ਬੋਚ ਕੇ ਇੱਕ ਦੂਜੇ ਦੀ ਹਾਂ ਚ ਹਾਂ ਮਿਲਾ ਰਹੇ ਔਰ ਜਗਮੀਤ ਬਰਾੜ ਨੂੰ ਵੀ ਵਿੱਚ ਲੈ ਲਓ ਕਿਉਂਕਿ ਜਗਮੀਤ ਬਰਾੜ ਜੀ ਵੀ ਅੱਜ ਕੱਲ ਮੁਕਤੀ ਯਾਤਰਾ ਕਰਕੇ ਹਟੇ ਉਹ ਕਹਿੰਦੇ ਕਿ ਪੰਜਾਬ ਨੂੰ ਆਪਾਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਣੀ ਆ ਜਦੋਂ ਪੰਜਾਬ ਪ੍ਰਸਤੀ ਜਿਹੜੀ ਆ ਠਾਠਾ ਵਾਰ ਲੱਗ ਜਾਵੇ ਸਮਝ ਲਓ ਕਿ ਚੋਣਾਂ ਦੀ ਰੁੱਤ ਆ ਗਈ ਆ ਤਾਂ ਹੁਣ ਸਾਰੀ ਜਿਹੜੀ ਪੰਜਾਬ ਪ੍ਰਸਤੀ ਉਹ ਡੁੱਲ ਡੁੱਲ ਪੈਂਦੀ ਆ ਔਰ ਰਾਮੂ ਵਾਲੀਆ ਜੀ ਵੀ ਆ ਗਏ ਆ ਉਹ ਰਾਮੂ ਵਾਲੀਆ ਜੀ ਜਦੋਂ ਉਹ ਅਕਾਲੀਆਂ ਚੋਂ ਗਏ ਸੀ ਤੇ ਕਿਸੇ ਨੇ ਪੁੱਛਿਆ ਕਿ ਅਕਾਲੀਆਂ ਦੀ ਤੁਸੀਂ ਤੁਰੀ ਜਾਂਦੀ ਬੱਸ ਚੋਂ ਕਿਉਂ ਉਤਰ ਗਏ ਤੇ ਕਹਿੰਦਾ ਦੇਖ ਭਾਈ ਜਦੋਂ ਕੋਈ ਬੱਸ ਹੌਲੀ ਹੋ ਜਾਵੇ ਮੈਂ ਚੜਿਆ ਜਾਂਦਾ ਸੀ ਮੈਨੂੰ ਲੱਗਿਆ ਕਿ ਬੱਸ ਬਹੁਤ ਲੇਟ ਕਰ ਦੂਗੀ ਮੈਂ ਕਾਹਲੀ ਨਾਲ ਜਾਣ ਵਾਲਾ ਸੀ ਪਿੱਛੋਂ ਕਹਿੰਦਾ ਤੇਜ਼ ਬੱਸ ਆਈ ਮੈਂ ਉਤਰ ਕੇ ਉਹਦੇ ਚ ਚੜ ਗਿਆ ਤੇ ਇਹ ਜਿਹੜੇ ਖਿਡਾਰੀ ਆ ਤਕਰੀਬਨ ਉਹ ਜਿਹੇ ਆ ਇਹ ਸਾਰੇ ਬੈਟ ਤੇ ਹੱਥ ਚ ਲਈ ਫਿਰਦੇ ਇਹਨਾਂ ਨੂੰ ਪਿੱਚ ਨੀ ਲੱਭਦੀ ਪਈ ਤਾਂ ਜੇ ਕਿਤੇ ਕੋਈ ਸਾਂਝੀ ਪਿੱਚ ਤਿਆਰ ਕਰ ਲਈ ਜਾਂਦੀ ਆ ਬੈਂਸ ਬ੍ਰਦਰਸ ਵੀ ਆ ਜਾਂਦੇ ਆ ਤੇ ਮੇਰੇ ਖਿਆਲ ਦੇ ਨਾਲ ਬੈਟ ਜ਼ਰੂਰ ਘੁਮਾਉਣਗੇ ਗੇਂਦ ਬੈਟ ਤੇ ਆਵੇ ਜਾਂ ਨਾ ਆਵੇ ਉਹ ਵੱਖਰੀ ਗੱਲ ਹੈ ਪਰ ਉਮੀਦ ਕੀਤੀ ਜਾ ਰਹੀ ਆ ਕਿ ਫਰੰਟ ਹੈ ਜਿਹੜਾ ਉਹ ਸ਼ਾਇਦ ਧਰਤੀ ਤੇ ਐਤਕੀ ਵੇਖਣ ਨੂੰ ਮਿਲੇਗਾ 2019 ਦੇ ਵਿੱਚ ਕੋਈ ਨਾ ਕੋਈ ਫਰੰਟ ਜਿਹੜਾ ਉਹ ਐਤਕੀ ਹੋਣ ਤੇ ਜ਼ਰੂਰ ਆਏ ਜੀ ਜੀ ਚਲੋ ਦੇਖਦੇ ਹਾਂ ਕੀ ਬਣਦਾ ਬਾਕੀ ਸਿਆਸਤ ਆ ਅਤੇ ਇੱਦਾਂ ਦੀਆਂ ਗੱਲਾਂ ਤਾਂ ਇਹ ਜਿਹੜੀਆਂ ਚੱਲਦੀਆਂ ਹੀ ਰਹਿਣੀਆਂ ਆ ਹਰ ਇਲੈਕਸ਼ਨ 'ਚ ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਸਰੋਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੀ ਸਮਾਪਤ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ ਉਹਦੇ ਵਾਸਤੇ ਰਹੋ ਹੱਸਦੇ ਖੇਲਦੇ ਰਹੋ ਸੁਣਦੇ ਰਹੋ ਪੰਜਾਬੀ ਰੇਡੀਓ USA ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 40